ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਕੁੜੀ ਮਹਿਲਪੁਰ ਦੀ ਸੁਪਨੇ ਵਿੱਚ ਆਂਦੀ, ਸੁਪਨੇ ਵਿੱਚ ਆਂਦੀ, ਉਹ ਦਿਲ ਦੀ ਬਹੁਤ ਚੰਗੀ ਪਰ ਬਾਲਾ ਖਾਂਦੀ ਵਾਲਾ। ਸਤਿ ਸ਼੍ਰੀ ਅਕਾਲ ਜੀ, ਮੈਂ ਕਹੀ ਨਾ ਸੱਸ ਲੈ, ਰੁਮਾਲ ਪੱਕਾ ਹੀ ਰੱਖਦੀ ਆ ਕਿਉਂਕਿ ਨੱਕ ਸਦਾ ਹੀ ਵਗਦਾ ਹੁੰਦਾ। ਖਾਸ ਗੱਲ ਪਤਾ ਕੀ, ਡਿੰਪਲ ਪੈਂਦੇ ਆ ਕੁੜੀ। ਹੋਰ ਸੁਣਾਓ ਜੀ, ਵਧੀਆ ਵਧੀਆ ਜੀ। ਹੁਣ ਤਾਂ ਕਿੱਥੇ ਰਹਿੰਦੇ ਹੋ ਫਿਰ? ਘਰੇ। ਘਰੇ, ਠੀਕ ਹੈ ਠੀਕ ਹੈ ਠੀਕ ਹੈ। ਵੈਸੇ ਕਮਾਲ ਦੀ ਗੱਲ ਇਹ ਹੈ ਵੀ ਜਿਹੜੇ ਚਿੜੀਆ ਘਰ 'ਚ ਵੀ ਪੂਰੇ ਨਹੀਂ ਆ ਸਕਦੇ ਘਰੇ ਰਹਿੰਦੇ ਆ। ਕਿੰਨੇ ਭੈਣ ਭਰਾ ਹੋ ਜੀ? ਇੱਕ ਭਰਾ। ਇੱਕ ਭਰਾ ਹੋ ਰਿਹਾ ਜੀ, ਠੀਕ ਹੈ ਠੀਕ ਹੈ ਜੀ। ਉਹ ਕਿਹੜੀ ਕਲਾਸ 'ਚ ਨੇ? ਉਹ ਕੀ ਕਰਦੇ ਨੇ? ਡਿਪਲੋਮਾ ਕਰਦੇ। ਡਿਪਲੋਮਾ, ਨਾ ਪੂੰਝ ਨਾ ਪੂੰਝ। ਲੋਕ ਪਹਿਲਾਂ ਕਹਿੰਦੇ ਵੀ ਜਾਣਾ ਵੀ ਟੀਵੀ ਤੇ ਆਉਣਾ, ਇਹ ਕਹਿੰਦੀ ਵੀ ਨੱਕ ਉੱਥੇ ਹੀ ਪਹੁੰਚਾਂਗਾ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਬੇਇੱਜ਼ਤੀ ਨਾ ਕਰਿਓ। ਹੈਂ? ਬੇਇੱਜ਼ਤੀ ਨਾ। ਮੈਂ ਕਰ ਸਕਦਾ ਤੁਹਾਡੀ ਬੇਇੱਜ਼ਤੀ? ਕੀ ਨਾਂ ਜੀ ਤੁਹਾਡਾ? ਪੁਨੀਤ। ਪੁਨੀਤ ਜੀ, ਕਿੱਥੇ ਰਹਿੰਦੇ ਹੋ ਤੁਸੀਂ? ਛੱਬੇਵਾਲ ਦੇ ਕੋਲ ਜਾਣ ਪਿੰਡ ਪੈਂਦਾ। ਛੱਬੇਵਾਲ ਕੋਲ ਜਾਣ ਪਿੰਡ ਪੈਣਾ, ਰੱਟੀ ਰਟਾਈ ਹੈ ਵੀ ਪੂਰਾ ਦੱਸ ਦੇਣਾ। ਪਰਿਵਾਰ 'ਚ ਕੌਣ ਕੌਣ ਹੈ ਤੁਹਾਡੇ ਜੀ? ਮੰਮੀ ਪਾਪਾ ਦਾਦੀ ਜੀ ਤਾਈ ਜੀ ਅਤੇ ਕਜ਼ਨ ਹੈ ਮੇਰਾ। ਓਕੇ ਜੀ, ਓਕੇ ਜੀ। ਦਾਦੀ ਜੀ ਸੁਣਾਉਂਦੇ ਹੁੰਦੇ ਗੱਲਾਂ, ਮਤਲਬ ਸਾਖੀਆਂ ਛੋਟੇ ਹੁੰਦੇ ਸੁਣਾਉਂਦੇ ਸੀਗੇ? ਇੱਦਾਂ ਨਹੀਂ ਕਦੇ ਕੁਛ ਸੁਣਾਈ। ਤੁਹਾਨੂੰ ਨਹੀਂ ਸੁਣਾਈ? ਓਕੇ ਓਕੇ, ਫਿਰ ਦਾਦੀ ਦਾਦੀ ਨੂੰ ਸੁਣਾਉਂਦੇ ਹੋਣਗੇ। ਦਾਦਾ ਜੀ ਹੈ ਨਹੀਂ? ਹੈਂ? ਦਾਦਾ ਜੀ ਪਹਿਲਾਂ ਸੁਣਾਉਂਦੇ ਹੋਣਗੇ। ਹਾਂਜੀ ਹਾਂਜੀ, ਉਹਨਾਂ ਦੀਆਂ ਸੁਣੀਆਂ ਤਾਂ ਹੀ ਦਾਦਾ ਜੀ ਅੱਜ। ਕਜ਼ਨ ਕਿੰਨੇ ਜਣੇ ਤੁਸੀਂ? ਕਜ਼ਨ ਇੱਕ ਦੋ ਆ। ਮਿੰਟਾਂ 'ਚ ਕਜ਼ਨ ਕੱਢ ਦਿੰਦੀ ਆ। ਉਹ ਕੀ ਕਰਦੇ ਨੇ ਜੀ? ਇੱਕ ਇੱਧਰ ਸਟੱਡੀ ਕਰਦਾ, ਇੱਕ ਇੰਗਲੈਂਡ। ਇੰਗਲੈਂਡ, ਬੱਲੇ ਬੱਲੇ ਬੱਲੇ। ਵਿਆਹ ਗਿਆ ਕਿ ਨਹੀਂ ਹੋ ਬਾਈ? ਵਿਆਹ ਗਿਆ। ਵਿਆਹ ਗਏ ਉੱਧਰ? ਵਿਆਹ ਕਰਾਇਆ ਕਿੱਦਾਂ? ਗੋਰੀ ਲੱਭੀ ਕਿ ਪੰਜਾਬਣ ਕਿਵੇਂ? ਗੋਰੀ ਲੱਭੀ। ਗੋਰੀ ਲੱਭੀ ਹੈ? ਸਿੱਧੇ ਪੰਜਾਬੀ ਕੱਬੇ ਹੈ ਵੈਸੇ। ਨਹੀਂ ਫਿਰ ਜਿਵੇਂ ਹੁਣ ਉਹ ਆਏ ਵਿਆਹ ਤੋਂ ਬਾਅਦ, ਆਏ ਇੱਧਰ? ਹਾਲੇ ਨਹੀਂ ਆਏ। ਹਾਲੇ ਨਹੀਂ ਆਏ, ਅਤੇ ਜਦੋਂ ਆਉਣਗੇ ਬੇਇੱਜ਼ਤੀ ਕਰਾਊ। ਕੌਣ ਬੇਇੱਜ਼ਤੀ ਕਰਾਊ? ਗੋਰੀ। ਚਲੋ ਠੀਕ ਹੈ, ਹੁਣ ਐਂ ਵੀ ਨਾ ਤੁਹਾਡਾ ਵੀਰਾ ਆ ਗਿਆ ਜੀ, ਹੈ ਨਾ? ਹੁਣ ਐਂ ਵੀ ਤੁਹਾਡੇ ਘਰ ਵਿਆਹ ਰੱਖਿਆ ਸੀਗਾ ਕਿਸੇ ਦਾ ਵੀ, ਅਤੇ ਤੁਹਾਡਾ ਵੀਰਾ ਆ ਗਿਆ ਬਾਹਰੋਂ, ਮੈਂ ਹੈ ਨਾ ਤੁਹਾਡੀ ਗੋਰੀ ਭਰਜਾਈ, ਠੀਕ ਹੈ? ਹਾਂ, ਆਈ ਪਨੀਤ ਹਾਏ। ਹਾਂ ਕਿ ਭੰਡਾਂਗੂ ਕਰੀ ਜਾਂਦੀ ਹਾਂ। ਸਾਡੇ ਇੰਗਲੈਂਡ ਦੇ ਵਿੱਚ ਨਾ ਐਂ ਹੁੰਦੇ, ਤੁਹਾਡੇ ਭੰਡ ਕਹਿੰਦੇ ਹੋਣਗੇ। ਇੰਡੀਆ ਦੇ ਭੰਡ ਇੰਗਲੈਂਡ 'ਚ ਗਏ ਹੋਏ ਆ। ਅੱਛਾ, ਭੰਡ ਇੰਗਲੈਂਡ ਮੈਂ ਹੀ ਲੈ ਕੇ ਗਈ ਹਾਂ ਤੇਰੇ ਵੀਰੇ ਨੂੰ। ਮੇਰਾ ਵੀਰਾ ਪਹਿਲਾਂ ਤਾਂ ਗਿਆ ਹੋਇਆ ਸੀ। ਤੇਰਾ ਵੀਰਾ ਸਿਰ ਦਾ ਭੰਡ, ਸਿਰ ਦਾ ਨੰਗ ਮੈਂ ਲੈ ਗਈ। ਮੇਰਾ ਵੀਰਾ ਤੈਨੂੰ ਲੈ ਕੇ ਆਇਆ। ਮਾਲ ਦੀ ਗਾ, ਮੈਨੂੰ ਤੇਰਾ ਬ੍ਰਦਰ ਕਹਿੰਦਾ ਮੇਰੀ ਚਾਰ ਬਣੂਗੀ, ਚਾਰ ਬਣੂਗੀ। ਤੇਰੇ ਅਰਗੀ ਨਾ ਟੌਰ ਕੀ ਬਣਨੀ ਬੇਇੱਜ਼ਤੀ ਹੁੰਦੀ ਆ। ਬੜੀਆਂ ਸਿੱਲੀ ਭੈਣਾਂ ਨੇ, ਸਿੱਲੀ ਭੈਣਾਂ। ਸਹੀ ਕਹਿੰਦੇ ਸੀ ਪੰਜਾਬ ਦੀਆਂ ਕੁੜੀਆਂ, ਸੂਟ ਪਵਾ ਲਓ ਇਹਨਾਂ ਜੋ। ਅਸੀਂ ਉੱਥੇ 10-10 ਘੰਟੇ ਵਾਕ ਕਰਦੇ ਹਾਂ, ਯੂ ਨੋ, ਵਾਕ ਸ਼ਿਫਟਾਂ 'ਤੇ। ਤੁਸੀਂ ਪਰਾਂਦੀ ਚੱਕ ਲਈ, ਲਿਪਸਟਿਕ ਚੱਕ ਲਈ, ਇੱਧਰ ਹੋ ਗਈਆਂ, ਉੱਧਰ ਹੋ ਗਈਆਂ। ਚਲੋ ਵਧੀਆ ਹੋ ਗਿਆ ਲੱਗਣਾ। ਕੀ ਸੁਣਾਓਗੇ ਫਿਰ? ਸੌਂਗ ਸੁਣਾਉਂਗੀ। ਇਕੱਲੀ ਇਕੱਲੀ ਕਿਉਂ ਨਹੀਂ? ਇਕੱਲੀ ਨਹੀਂ। ਚਲੋ ਫਰੈਂਡ ਸੱਦ ਲਓ। ਸਾਡੇ ਕਾਲਜ ਦੀਆਂ ਮਿੱਠੀਆਂ ਜਦਾਂ ਨੂੰ ਦਿਲੋਂ ਨਹੀਂ ਹੋ ਜਾਂਦਾ ਕੱਢਿਆ, ਬਾਪੂ ਇੱਕ ਸਾਲ ਹੋਰ ਪੜ੍ਹ ਲੈਣ ਦੇ, ਕਾਲਜ ਨਹੀਂ ਹੋ ਜਾਂਦਾ ਛੱਡਿਆ, ਬਾਪੂ ਇੱਕ ਸਾਲ ਹੋਰ ਪੜ੍ਹ ਲੈਣ ਦੇ, ਕਾਲਜ ਨਹੀਂ ਹੋ ਜਾਂਦਾ ਛੱਡਿਆ। ਹਰ ਲੈਕਚਰ 'ਚ ਪਾਣੀ ਪੀਣ ਆਉਂਦੇ ਸੀ, ਗੇੜੀ ਕੰਟੀਨ ਦੀ ਵੀ ਲਾਉਂਦੇ ਸੀ। ਹਰ ਲੈਕਚਰ 'ਚ ਪਾਣੀ ਪੀਣ ਆਉਂਦੇ ਸੀ ਯਾਰ, ਬੰਦੇ ਹੋ ਕੇ ਝੋਨਾ ਲਾਇਆ ਹੁੰਦਾ।
ਸਟੋਰ ਕਰ ਕਰ ਊਂਟ ਕਹਿੰਦੀ ਊਂਟ ਆਣਾ ਕਹਿੰਦੀ ਚੱਲ ਨਹੀਂ ਊਂਟ ਨਹੀਂ ਹੈ ਨਾ ਫਿਰ ਹਰ ਲੈਕਚਰ ਚ ਪਾਣੀ ਪੀਣੇ ਆਉਂਦੇ ਸੀ ਇੱਕ ਗੇੜੀ ਕੰਟੀਨ ਦੀ ਵੀ ਲਾਉਂਦੇ ਸੀ ਅਸੀਂ ਘੱਟ ਹੀ ਕਲਾਸ ਵਿੱਚ ਪੜਦੇ ਸਾਰਾ ਦਰ ਸੀਗੇ ਪੌੜੀਆਂ ਚ ਖੜਦੇ ਸਾਨੂੰ ਕੋਈ ਨਾ ਪੜ੍ਹਾ ਕੇ ਦਿਲੋਂ ਖੁਸ਼ ਸੀ ਅਸੀਂ ਸੱਚੀ ਗੱਲ ਕਹਿਣ ਲੱਗੀਆਂ ਬਾਪੂ ਇੱਕ ਸਾਲ ਹੋਰ ਪੜ੍ਹ ਲੈਣ ਦੇ ਕਾਲਜ ਨਹੀਂ ਉਹ ਜਾਂਦਾ ਛੱਡਿਆ ਥੈਂਕ ਯੂ ਸੋ ਮਚ ਬਣ ਸਕਦੀ ਹੈ ਕੋਈ ਲੋੜ ਹੀ ਨਹੀਂ ਲੋੜ ਹੀ ਨਹੀਂ ਅੱਛਾ ਅੱਛਾ ਜੀ ਛੜੇ ਰਹੋਗੇ ਛੜੇ ਉਹ ਤਾਂ ਬਾਅਦ ਚੋਂ ਦੇ ਪਤਾ ਲੱਗੂਗਾ ਓਕੇ 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 ਠੀਕ ਹੈ ਠੀਕ ਹੈ ਸੁਣਾਓ ਫਿਰ ਗਾਣਾ ਉਹ ਛੱਡ ਦਿੱਤਾ ਜੀ ਨੂੰ ਤੂੰ ਕਹਿ ਕੇ ਰੰਗ ਕਾਲਾ ਉਹ ਠਹਿਰ ਥੋੜਾ ਚਿਰ ਟਾਈਮ ਲੱਗਣਾ ਨੀ ਬਾਲਾ ਉਹ ਜਦੋਂ ਲੇਖਾ ਵਾਲੇ ਬੰਦ ਜਿੰਦੇ ਖੁੱਲਣੇ ਹੱਥ ਰਹਿ ਜਾਏਗੀ ਮੱਥੇ ਦੇ ਉੱਤੇ ਮਾਰਦੀ ਨੀ ਉਹੀ ਮੁੰਡਾ ਸਖੀਆਂ ਨੂੰ ਕਿਹਾ ਕਰੇਗੀ ਨੀ ਟੀ ਵੀ ਚੈਨਲਾਂ ਦੇ ਉੱਤੇ ਵੇਖ ਫੋਟੋ ਯਾਰ ਦੀ ਤਾਂ ਉਹੀ ਮੁੰਡਾ ਸਖੀਆਂ ਨੂੰ ਕਿਹਾ ਕਰੇਗੀ ਨੀ ਟੀ ਵੀ ਚੈਨਲਾਂ ਦੇ ਉੱਤੇ ਵੇਖ ਫੋਟੋ ਯਾਰ ਦੀ ਉਹ ਕਹਿੰਦੀ ਦੁੱਗ ਦੁੱਗ ਛੱਡੋ ਹੁਣ ਹਾਰ ਲੈ ਲਿਆਓ ਮੇਰੀ ਸਖੀਆਂ ਸਹੇਲੀਆਂ 'ਚ ਠੁੱਕ ਜੀ ਬਣਾਓ ਆਖੇ ਪਿੱਛੇ ਡਿੱਗਣੇ ਦਾ ਡਰ ਜਿਹਾ ਰਹਿੰਦਾ ਉਹ ਤੇਜ਼ ਜਦੋਂ ਰੋਡ 'ਤੇ ਨਠਾ ਲੈਂਦੇ ਹਾਂ ਉਹ ਮੈਂ ਕਿਹਾ ਜਦੋਂ ਹੋ ਗਏ ਸਟਾਰ ਉਦੋਂ ਹਾਰ ਲੈ ਵੀ ਆਜੂ ਅਜੇ ਬੁਲਟ 'ਤੇ ਹਾਰ ਲੈ ਲਿਖਾ ਲੈਂਦੇ ਹਾਂ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਦੀਪਾਲੀ ਗਾਣਾ ਗੁਣਾ ਵੀ ਸੁਣਾਉਂਦੇ ਨੇ ਜੀ ਹਾਂਜੀ ਸੁਣਾਓ ਜੀ ਸੁਣਾਓ ਸੁਣਾਓ ਲਿਖੇ ਸੀ ਸੰਜੋਗ ਸਾਡੇ ਤੇਰੇ ਨਾਲ ਵੇ ਹੱਸਦੇ ਹਸਾਉਂਦੇ ਲੰਘ ਗਏ ਅਸਾਲ ਵੇ ਧੰਨਵਾਦ ਤੇਰਾ ਦਿਲ ਦੇ ਆ ਰਾਜਿਆ ਵੇ ਵਾਂਗ ਰਾਣੀਆਂ ਦੇ ਰੱਖੀ ਹੋਈਆਂ ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ ਵੇ ਗੱਲਾਂ ਮਿੱਠੀਆਂ ਦੀ ਪੱਟੀ ਹੋਈਆਂ ਗੁਲਾਬ ਜਾਮਣ ਵੀ ਵੈਸੇ ਸਵਾਦ ਲੱਗਦੇ ਪਰ ਜਲੇਬੀਆਂ ਦੀ ਪੱਟੀ ਹੋਈ ਆਵੇ ਬੁੱਤ ਜੀ ਬੱਲੇ 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 ਗਿਫਟ ਲੈ ਕੇ ਆਏ ਜੀ ਥੈਂਕ ਯੂ ਉੱਧਰ ਦੇਖੋ ਸਤਿ ਸ਼੍ਰੀ ਅਕਾਲ ਨਮਸਤੇ ਨਮਸਤੇ ਕੀ ਨਾਮ ਹੈ ਤੁਹਾਡਾ ਸੁਪ੍ਰੀਤ ਸੁਪ੍ਰੀਤ ਅੱਛਾ ਜੀ ਅੱਛਾ ਜੀ ਕਿਹਦੀ ਕਿਹੜੀ ਕਲਾਸ ਕਲਾਸ ਤਾਂ ਨਹੀਂ ਹੈਗੀ ਪੜ੍ਹਦੇ ਤਾਂ ਨਹੀਂ ਪੜ੍ਹਦੇ ਹੋ ਬੱਲੇ ਬੱਲੇ ਛੋਟੇ ਛੋਟੇ ਪੜ੍ਹਨ ਲੱਗ ਗਏ ਕਿਹੜੀ ਕਲਾਸ 'ਚ ਹੋ ਸੀਨੀਅਰ ਕੇ ਜੀ ਅੱਛਾ 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 ਸੀਨੀਅਰ ਕੇ ਜੀ ਮੈਨੂੰ ਦੇ ਦਿਓ ਨਹੀਂ ਟੀ ਵੀ 'ਤੇ ਮੈਂ ਸ਼ਰੀਫ ਹਾਂ ਨਾ ਹੈਂ ਸਾਊ ਜਿਹਾ ਬੱਚਾ ਮੈਂ ਹੈਂ ਮੈਂ ਸਾਊ ਨਹੀਂ ਹੈਗਾ ਅੱਛਾ ਇਹ ਕਿਹਨਾਂ ਨੇ ਬਣਾਇਆ ਮੇਰੇ ਪਾਪਾ ਲੈ ਕੇ ਆਏ ਸੀ ਆਏ ਹੋਏ ਪਾਪਾ ਕਿੱਥੇ ਜੀ ਤੁਹਾਡੇ ਘਰ ਅੱਛਾ ਘਰੇ ਆ ਜੀ ਠੀਕ ਹੈ ਠੀਕ ਠੀਕ ਉਹ ਨਹੀਂ ਆਇਆ ਅੱਜ ਅੱਛਾ ਪਾਪਾ ਜ਼ਿਆਦਾ ਵਧੀਆ ਲੱਗਦੇ ਕਿ ਮੰਮੀ ਮੰਮਾ ਮੰਮਾ ਆਹ ਤਾਂ ਹੁਣ ਮੈਨੂੰ ਤਾਂ ਪਾਪਾ ਵਧੀਆ ਲੱਗਣਗੇ ਤੁਹਾਡੇ ਉਹਨਾਂ ਨੇ ਬਣਾ ਕੇ ਦਿੱਤਾ ਪੋਇਮ ਸੁਣਾਓ ਪੋਇਮ ਤਾਂ ਆਉਂਦੀ ਹੋਊਗੀ ਕਲਾਸ 'ਚ ਸੀਨੀਅਰ ਕੇ ਜੀ ਹੋ ਮੈਨੂੰ ਲੱਗਦਾ ਹੈ ਮੇਰੀ ਭੈਣ ਹੈ ਨਰੈਕ ਹੀ ਹੈ ਜਿਹਦੇ ਮਰਜ਼ੀ ਸਾਰੇ ਸਾਂਝੀ ਹੁੰਦੀ ਭੁੱਖ ਲੱਗੀ ਹੋਵੇ ਆਪਣੇ ਘਰੇ ਜਿਹਦੇ ਮਰਜ਼ੀ ਜਿਹੜੇ ਮਰਜ਼ੀ ਵੜ ਦੋ ਰੋਟੀ ਐਵੇਂ ਸ਼ਹਿਰ ਹੀ ਫੁਕ ਰਹੀ ਇਹ ਆਪਣੇ ਰਿਸ਼ਤੇਦਾਰ ਸੁਣਾਓ ਫਿਰ ਕੀ ਸੁਣਾਓ ਮਿੱਠਾ ਰੱਬ ਦਾ ਪਣਾ ਸਭ ਤੋਂ ਤੁਰ ਇੱਕ ਦਿਨ ਜਾਣਾ ਜੱਗ ਤੋਂ ਐਵੇਂ ਪੈਸੇ ਪਿੱਛੇ ਫਿਰਦੀ ਆ ਦੁਨੀਆ ਤਾਜ ਹੈ ਨੀ ਕੋਈ ਵੱਡਾ ਪੱਗ ਤੋਂ ਉਹ ਐਵੇਂ ਪੈਸੇ ਪਿੱਛੇ ਫਿਰਦੀ ਆ ਦੁਨੀਆ ਤਾਜ ਹੈ ਨੀ ਕੋਈ ਵੱਡਾ ਪੱਗ ਤੋਂ ਅਸੀਂ ਖੱਟੀਆਂ ਨੇ ਯਾਰਾਂ ਦੀਆਂ ਯਾਰੀਆਂ ਉਹ ਬਸ ਖੱਟੀਆਂ ਨੇ ਯਾਰਾਂ ਦੀਆਂ ਯਾਰੀਆਂ ਜੋ ਖੜੇ ਨਾਲ ਸਦਾ ਇੱਕ ਤਣ ਕੇ ਉਹ ਜਿਨ੍ਹਾਂ ਕਰਕੇ ਮੁੱਛ ਖੜਦੀ ਹੀ ਉਹ ਮੇਰੇ ਯਾਰ ਨੇ ਜੋ ਖੜੇ ਬਾਹਾਂ ਬਣ ਕੇ ਉਹ ਜਿਨ੍ਹਾਂ ਕਰਕੇ ਮੁੱਛ ਖੜਦੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ
ਕੀ ਨਾਮ ਤੁਹਾਡਾ ਅਮ੍ਰਿਤ ਅਮ੍ਰਿਤ ਅੰਮ੍ਰਿਤ ਕਿਆ ਕਰੋ ਜੀ ਅੰਮ੍ਰਿਤ ਅੰਮ੍ਰਿਤ ਹਾਂਜੀ 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 ਠੀਕ ਹੈ ਬਹੁਤ ਵਧੀਆ ਤੇ ਕੀ ਸ਼ੌਂਕ ਨੇ ਤੁਹਾਡੇ ਭੰਗੜਾ ਵੀ ਕਰ ਲੈਂਦੀ ਆ ਗਿੱਧਾ ਵੀ ਕਰ ਲੈਂਦੀ ਆ ਓਕੇ ਜੀ ਓਕੇ ਓਕੇ ਦਿਖਾਓਗੇ ਜੀ ਕਰਕੇ ਸਾਨੂੰ ਭੰਗੜਾ ਤੁਸੀਂ ਨਾਲ ਕਰੋਗੇ ਤੇ ਕਰ ਲਾਂਗੇ ਤੁਸੀਂ ਜਿਹੜਾ ਸਟੈਪ ਕਰੋਗੇ ਜੀ ਉਹ ਮੈਂ ਕਰੀ ਜੂੰਗਾ ਜੀ ਠੀਕ ਹੈ ਜੀ ਠੀਕ ਹੈ ਮੈਂ ਕਿਹਾ ਵੀ ਆ ਜਾਓ ਹਨਾ ਆਈ ਪਤਾ ਕਿਵੇਂ ਹੈ ਹੁਣ ਤੋਰ ਦੇਖਿਓ ਤੋਰ ਦੇਖੋ ਉਹ ਜਿਵੇਂ ਡੋਲੀ ਵੇਲੇ ਨੀ ਨਾਲ ਤੁਰਿਆ ਹੁੰਦਾ ਬੰਦਾ ਵੀ ਥੋੜ੍ਹਾ ਤੇਜ਼ ਤੁਰਿਆ ਕਰੋ ਵੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੈ ਨਾ ਐਂ ਕਰਕੇ ਕੀ ਸ਼ੌਂਕ ਹੈ ਤੁਹਾਡਾ ਏਮ ਕੀ ਹੈ ਜ਼ਿੰਦਗੀ 'ਚ ਬਸ ਵਧੀਆ ਪਰਸਨ ਬਣਨਾ ਇਨਸਾਨ ਹਜੇ ਪਤਾ ਹੈ ਵਧੀਆ ਬਣੇ ਨਹੀਂ ਨਹੀਂ ਹਾਂਜੀ ਟੋਟਲੀ ਬਣਨਾ ਆ ਟੋਟਲੀ ਅੱਛਾ 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 ਇੱਦਾਂ ਵੀ ਜਿਹੜੀ ਜੀ ਡੀ ਰੋਡ ਹੈ ਜੀ ਉੱਥੇ ਹਾਂਜੀ ਬੱਸ ਸਟੋਪ ਤੁਸੀਂ ਬੱਸ ਚੜ੍ਹਨਾ ਸੀਗਾ ਪਿੰਡ ਨੂੰ ਜਾਣਾ ਸੀਗਾ ਠੀਕ ਹੈ ਅਤੇ ਮੈਂ ਤੁਹਾਨੂੰ ਤੰਗ ਕੀਤਾ ਜੀ ਪਰ ਤੁਸੀਂ ਜਮਾਂ ਪੈ ਗਏ ਜੀ ਟੁੱਟ ਕੇ ਮੈਨੂੰ ਠੀਕ ਹੈ ਜੀ ਵੀਰੇ ਸਤਿ ਸ਼੍ਰੀ ਅਕਾਲ ਹੋਰ ਜੀ ਵਧੀਆ ਤੁਸੀਂ ਸੁਣਾਓ ਠੀਕ ਹੈ ਜੀ ਕਿੱਧਰ ਫਿਰ ਭੈਣੇ ਅੱਜ ਵਿਆਹ ਨੂੰ ਚੱਲੀ ਮੇਰੇ ਘਰ ਵੱਲ ਨੂੰ ਆਉਂਦੀ ਸੀਗੀ ਰਿਸ਼ਤਾ ਲੈ ਕੇ ਮੈਂ ਕਿਹਾ ਮੇਰੇ ਤਾਂ ਭੈਣਾਂ ਵਰਗੀ ਹੈ ਨਾ ਨਾ ਮੰਮੀ ਨੂੰ ਮੰਮੀ ਕੋਈ ਹੋਰ ਸਮਝ ਜਾਂਦੇ ਨੇ ਤੁਸੀਂ ਵੀਰਾ ਵੀਰਾ ਕਰੀ ਜਾਂਦੇ ਹੋ ਜਾਂ ਤਾਂ ਮੰਮੀ ਨੂੰ ਸਮਝਾ ਲਓ ਜਾਂ ਫਿਰ ਤੂੰ ਸਮਝ ਲੈ ਸ਼ੈਡਿਊਲ ਕੀ ਹੈ ਤੁਹਾਡਾ ਰੋਜ਼ ਦਾ ਬਸ ਸਟੱਡੀ ਵਿੱਚ ਹੀ ਬਿਜ਼ੀ ਆ ਥੋੜੇ ਅੱਛਾ ਸਟੱਡੀ ਵਿੱਚ ਬਿਜ਼ੀ ਆ ਮੈਨੂੰ ਤਾਂ ਪਤਾ ਨਹੀਂ ਪਿੰਕ ਨਾਲ ਬਲੈਕ ਜੱਚਦਾ ਕਿ ਨਹੀਂ ਮੈਨੂੰ ਤਾਂ ਪਤਾ ਨਹੀਂ ਨਾ ਕਿਤੇ ਫੈਸ਼ਨ ਬਾਰੇ ਕੋਈ ਸੋਚਿਆ ਨਹੀਂ ਬਸ ਪੜ੍ਹਦੀ ਹੀ ਰਹਿੰਦੀ ਹੈ ਖੜੋ ਜੀ ਖੜੋ ਚਲੋ ਜੀ ਰੌਣਕਾਂ ਫੁੱਲ ਲੱਗੀਆਂ ਹੋਈਆਂ ਨੇ ਹਜੇ ਗੱਲਾਂ ਬਾਤਾਂ ਹੋਰ ਕਰਨੀਆਂ ਮਸਤੀ ਹੋਰ ਕਰਾਂਗੇ ਗਿੱਧੇ ਵੀ ਹਜੇ ਹੋਰ ਕੁੜੀਆਂ ਦੇ ਪੈਣਗੇ ਪਰ ਹੁਣ ਵੇਲਾ ਹੋ ਚੁੱਕੇ ਜੀ ਇੱਕ ਛੋਟੇ ਜਿਹੇ ਬ੍ਰੇਕ ਦਾ ਮੋਢੇ ਨੂੰ ਹੱਥ ਲਗਾਇਓ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਮਾਲਪੁਰ ਹੈਗੇ ਆ ਜੀ ਕਿਹੜੀ ਕਾਲਜ ਆਫ ਨਰਸਿੰਗ ਪੂਰੀਆਂ ਰੌਣਕਾਂ ਤੇ ਗੱਲਾਂ ਬਾਤਾਂ ਕਰਦੇ ਹਾਂ ਕਿਹਨੂੰ ਸੱਦੀਏ ਆ ਦੇਖੋ ਆ ਜਾਓ ਮੇਕਅਪ ਦੀ ਦੁਕਾਨ ਆਓ 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 ਸਤਿ ਸ਼੍ਰੀ ਅਕਾਲ ਜੀ ਉਹ ਸੱਟ ਵਾਲੀ ਅੰਗੂਠੇ ਤੇ ਹਾਂਜੀ ਲੱਗ ਗਈ ਬਸ ਅੱਛਾ ਅੱਛਾ ਕਦੇ ਕਦੇ ਨਹਾਉਂਦੇ ਨਾ ਤਿਲਕ ਕੇ ਬਾਥਰੂਮ ਰੋਜ਼ ਨਹਾਈਦਾ ਜੀ ਤੁਹਾਡੇ ਵਾਂਗੂ ਨਹੀਂ ਅੱਛਾ ਨਾ ਮੈਂ ਤਾਂ ਨਹੀਂ ਨਹਾਉਂਦਾ ਜੀ ਮੈਂ ਤਾਂ ਮਹੀਨਾ ਮਹੀਨਾ ਨਹੀਂ ਨਹਾਉਂਦਾ ਲੱਗਦਾ ਆ ਸੱਚੀ ਹੋਣਾ ਹੁਣ ਤਾਂ ਟੀਵੀ ਤੇ ਆਉਣ ਲੱਗ ਗਈ ਉਹੀ ਫੋਟੋਆਂ ਖਿੱਚੀਆਂ ਦੀਆਂ ਤਾਂ ਹੁਣ ਨਾ ਨੂਰੀ ਕਰੀ ਆਈ ਕਹਿੰਦਾ ਨਾ ਲਿਆ ਕਰੋ ਜੀ ਟੀਵੀ ਤੋਂ ਆਉਣ ਤੋਂ ਪਹਿਲਾਂ ਨਾ ਲਿਆ ਕਰੋ ਮੈਂ ਰੋਜ਼ ਨਹਾਉਂਦੀ ਆ ਪਹਿਲਾਂ ਰੋਜ਼ ਨਹਾਉਂਦਾ ਪਿਆ ਕੀ ਨਾਮ ਤੁਹਾਡਾ ਬਬੀਤਾ ਹੈ ਜੀ ਬਬੀਤਾ 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 ਨਹੀਂ ਬਬੀਤਾ ਸ਼ੁਕਰ ਕਰਦੇ ਨੂੰ ਬਬੀਤਾ ਕਹਿੰਦਾ ਬਬੀਤਾ ਨਹੀਂ ਕਹਿਤਾ ਕੀ ਸ਼ੌਂਕ ਨੇ ਤੁਹਾਡੇ ਬਬੀਤਾ ਜੀ ਭੰਗੜਾ ਭੰਗੜਾ ਚੁਟਕਲਾ ਨਹੀਂ ਜੀ ਅੱਛਾ ਦੁਕਾ ਚੁਟਕਲਾ ਤਾਂ ਮੇਰੇ ਆਪ ਆਪ ਤੇ ਬਣਦੇ ਆ ਸੁਣਾਓ ਆਪਣਾ ਡਾਂਸ ਕਰੋ ਡਾਂਸ ਆ ਜਾਓ ਉਸਤਾਦ ਜੀ ਆ ਜਾਓ ਹੁਣ ਨਚਾਓ ਜੀ ਬਬੀਤਾ ਜੀ ਨੂੰ ਚਲੋ ਜੀ ਚਲੋ ਬਬੀਤਾ ਜੀ ਬਸ ਇਹ ਨਹੀਂ ਰੁਕਦੀਆਂ ਹੁੰਦੀਆਂ ਥੈਂਕ ਯੂ ਸੋ ਮਚ ਗੋਡ ਬਲੈਸ ਯੂ ਤੇ ਗੀਤ ਨਹੀਂ ਸੁਣਾਉਂਦੇ ਪਰ ਸੁਣਾਓ ਸੁਣਾਓ ਆ ਫੜੋ ਮਾਈਕ ਤਾਂ ਫੜੋ ਜੀ ਪੰਜ
ਜਣੀਆਂ ਆਈਆਂ, ਪੰਜ ਜਣੀਆਂ ਤਰਜ ਤੇ ਹੋ ਗਿਆ ਗੰਗਾ ਗੰਗ ਗੰਗੋ ਗੰਗ ਗੰਗੋ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਜੀ? ਵਧੀਆ। ਕੀ ਨਾਮ ਤੁਹਾਡਾ ਜੀ? ਅਮਨਜੋਤ। ਅਮਨਜੋਤ ਇਹ ਕਿਹਦੇ ਵਾਸਤੇ ਆ? ਸਿਖਾੜੇ ਲਈ। ਮੈਨੂੰ ਫੜਾਓ ਨਾ, ਮੈਂ ਤਾਂ ਆਉਂਦਾ ਦੇਖੀ ਨਾ ਵੀ ਗਿਫਟ ਕਿੱਥੇ ਹੋ ਆ, ਫੜਾ ਲਿਆ ਕਰੋ ਨਾ ਜੇ ਵੀ, ਬਹੁਤ ਖੁਸ਼ੀ ਹੁੰਦੀ ਹੈ। ਸੋ ਥੈਂਕ ਯੂ ਸੋ ਮਚ ਜੀ ਪਿਆਰ ਲਈ। ਤੇ ਕੀ ਸੁਣਾਓਗੇ ਸਾਨੂੰ ਹੁਣ? ਸੋ ਸੌਂਗ। ਹਾਂਜੀ ਹਾਂਜੀ ਸੁਣਾਓ ਜੀ, ਸੁਣਾਓ। ਹੋ ਨਾ ਹੋਏ ਪਿਆਰ ਤੇਰੇ ਦਾ ਅਸਰ ਹੈ, ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ, ਅੱਖੀਆਂ ਦੇ ਵਿੱਚ ਘੁੰਮਦਾ ਸੋਹਣਾ ਚਿਹਰਾ ਏ, ਦਿਲ ਜੋ ਮੇਰਾ ਚੈਨ ਜ਼ਰਾ ਵੀ ਪਾਵੇ ਨਾ। ਹੋ ਨਾ ਹੋਏ ਪਿਆਰ ਤੇਰੇ ਦਾ ਅਸਰ ਹੈ, ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ। ਥੈਂਕ ਯੂ ਸਰ, ਹੈਲੋ, ਉੱਧਰ ਜਾਓ। ਦਾਰੂ ਨਾ ਪੀਂਦਾ ਹੋਵੇ, ਜਰਦਾ ਨਾ ਖਾਂਦਾ ਹੋਵੇ, ਸੂਟਾ ਨਾ ਲਾਉਂਦਾ ਹੋਵੇ, ਸਿਲਮੇ ਨਾ ਜਾਂਦਾ ਹੋਵੇ, ਇਹੋ ਜਿਹਾ ਢੋਲ ਤੇ ਪਰਾਉਣਾ ਮਾਏ ਮੇਰੀਏ, ਜੇ ਤੂੰ ਮੈਨੂੰ ਚਾਹੁੰਦੀ ਵਿਆਹਣਾ ਮਾਏ ਮੇਰੀਏ, ਜੇ ਤੂੰ ਮੈਨੂੰ ਚਾਹੁੰਦੀ ਪੜਿਆ ਤੇ ਲਿਖਿਆ ਹੋਵੇ, ਸੋਹਣਾ ਸੁਨੱਖਾ ਹੋਵੇ, ਸੋਹਣਾ ਸੁਨੱਖਾ ਹੋਵੇ, ਪੜਿਆ ਤੇ ਲਿਖਿਆ ਹੋਵੇ, ਪੈਸਾ ਕਮਾਵਣ ਵਾਲਾ ਕੰਮ ਕੋਈ ਸਿੱਖਿਆ ਹੋਵੇ, ਐਵੇਂ ਨਾ ਕੋਈ ਢੋਲ ਦੇ ਖੜਾਉਣਾ ਮਾਏ ਮੇਰੀਏ, ਜੇ ਤੂੰ ਮੈਨੂੰ ਚਾਹੁੰਦੀ ਵਿਆਹਣਾ ਮਾਏ ਮੇਰੀਏ, ਜੇ ਤੂੰ ਮੈਨੂੰ ਚਾਹੁੰਦੀ। ਥੈਂਕ ਯੂ, ਥੈਂਕ ਯੂ ਸੋ ਮਚ ਜੀ। ਸਭ ਤੋਂ ਜ਼ਿਆਦਾ ਕੁੜੀ ਤੁਹਾਨੂੰ ਐਂ ਲੱਗਦੀ ਵੀ ਯਾਰ ਇਹ ਬਹੁਤ ਫੁਕਰੀਆਂ ਮਾਰਦੀ ਹੈ? ਹੈਗੀਆਂ ਦੋ ਤਿੰਨ। ਜ਼ਰੂਰ ਹੈਗੀਆਂ। ਅੱਛਾ ਸਪੋਜ਼ ਕਰੋ ਤੁਸੀਂ ਕਲਾਸ 'ਚ ਆ ਗਏ। ਹਾਂਜੀ ਹਾਂਜੀ। ਅਸੀਂ ਕਲਾਸ ਹੈ ਨਾ, ਮੁੰਡੇ ਇਕੱਠੇ ਬੈਠੇ ਹੈ ਨਾ, ਬਾਈ ਹੋਰੀ ਬੈਠੇ, ਹੁਣ ਉਹ ਦੋ ਤਿੰਨਾਂ ਦੇ ਵਿੱਚੋਂ ਕਿਸੇ ਦੀ ਵੀ ਐਕਟਿੰਗ ਲਾਓ। ਓਕੇ। ਹਾਂ, ਜਿੱਦਾਂ ਕਿ ਮੈਂ ਹੁਣ ਕਲਾਸ 'ਚ ਆ ਗਿਆ। ਹਾਂਜੀ। ਅੱਛਾ ਨਾ, ਆਪਾਂ ਫਿਰ ਆਪਾਂ ਕਰ ਹੀ ਲੈਂਦੇ ਹਾਂ, ਹੈ ਨਾ, ਜਿੱਦਾਂ ਕਿ ਆਪਾਂ ਸ਼ਿਕਾਇਤ ਲਾਈ ਦਿੰਦੇ ਹਾਂ ਅੱਜ ਸਰ ਨੂੰ, ਹੈ ਨਾ, ਚੱਲਦੇ ਹਾਂ ਫਿਰ, ਅੱਜ ਚੱਲੀਏ। ਬਨਾਵਟ ਸ਼ੋਅ ਆਫ ਇੰਨਾ ਕਰਦੀ ਹੈ ਨਾ ਭਾਜੀ, ਗੱਲੇ ਛੱਡ ਦਿਓ, ਉਲਟੀ ਆਉਣ ਲੱਗ ਪੈਂਦੀ ਦੇਖ ਕੇ। ਬਸ ਵਧੀਆ, ਰੋਟੀ ਖਾ ਕੇ ਹਟੀ ਸੀਗੀ। ਕੀ ਖਾਧਾ ਜੀ ਅੱਜ? ਅੱਜ ਜੀ ਬਸ ਮੰਮੀ ਨੇ ਕੁਛ ਬਣਾਇਆ ਨਹੀਂ ਤਾਂ ਆਪੇ ਬ੍ਰੈਡ ਨੂੰ ਜੈਮ ਲਾ ਕੇ ਖਾ ਲਈ ਸੀ। ਅੱਛਾ ਜੀ, ਠੀਕ ਹੈ ਜੀ, ਠੀਕ ਹੈ। ਅੱਛਾ ਮੈਂ ਇਹ ਪੁੱਛਣਾ ਸੀਗਾ, ਹੈਲੋ। ਹਾਂਜੀ ਹਾਂਜੀ, ਆਵਾਜ਼ ਨਹੀਂ ਆ ਰਹੀ? ਹਾਂਜੀ ਹਾਂਜੀ ਆਂਦੀ ਆ ਜੀ। ਮੈਨੂੰ ਤਾਂ ਬ੍ਰੈਡ ਜੈਮ 'ਚ ਥੋੜ੍ਹੀ ਮਿਰਚ ਵੀ ਸੀਗੀ ਸੀ ਕਰੀ। ਨਾ ਨਾ ਜੀ, ਸਹੀ ਆ, ਸਹੀ ਆ ਜੀ। ਅੱਛਾ ਜੀ, ਅੱਛਾ ਅੱਛਾ, ਮੈਂ ਪੁੱਛਣਾ ਸੀਗਾ ਜਿਹੜੀ ਅਸਾਈਨਮੈਂਟ ਮੈਮ ਨੇ ਦਿੱਤੀ ਸੀਗੀ, ਹਾਂਜੀ, ਉਹ ਮੈਨੂੰ ਸਮਝ ਨਹੀਂ ਆਈ ਥੋੜ੍ਹੀ ਜਿਹੀ, ਮਤਲਬ ਕਿ ਥੋੜ੍ਹਾ ਦੱਸ ਦੋਗੇ, ਥੋੜ੍ਹਾ ਬਰੀਫ ਦੇ ਵਿੱਚ ਕਿੱਦਾਂ ਥੋੜ੍ਹੀ ਸਮਝਾ ਦੋਗੇ? ਜ਼ਰੂਰ ਜੀ, ਸਮਝਾਇਓ ਜੀ। ਜਿੱਦਾਂ ਕਿ ਨਾ ਪਹਿਲਾਂ ਤੁਸੀਂ ਜਿਹੜਾ ਸਾਨੂੰ ਮੈਮ ਨੇ ਲਿਖਵਾਇਆ ਨਹੀਂ ਸੀਗਾ ਬਲੈਕ ਬੋਰਡ 'ਤੇ, ਨੋਟ ਕੀਤਾ ਤੁਸੀਂ? ਹਾਂਜੀ, ਥੋੜ੍ਹਾ ਜਿਹਾ ਕੀਤਾ ਸੀਗਾ। ਹਾਂਜੀ ਹਾਂਜੀ, ਬਸ ਉਹ ਲਿਖਣਾ ਬਲੈਂਕ ਪੇਜ 'ਤੇ। ਅੱਛਾ, ਅਤੇ ਨਾਲ ਤੇ ਹਾਂਜੀ ਹਾਂਜੀ ਜੀ, ਜਿਹੜਾ ਖਾਲੀ ਹੁੰਦਾ ਪ੍ਰੈਕਟੀਕਲ ਫਾਈਲ 'ਚ। ਅੱਛਾ ਜੀ, ਅੱਛਾ ਜੀ। ਤੇ ਫੇਰ ਨਾ ਜਿਹਦੀ ਪ੍ਰੈਕਟੀਕਲ ਸਾਡੇ ਕੋਲ ਬੁੱਕ ਨਹੀਂ ਹੈ ਜੀ, ਹੈਗੀ ਹੈ ਤੁਹਾਡੇ ਕੋਲ? ਮੇਰੇ ਕੋਲ ਹਾਂਜੀ ਹੈਗੀ ਜੀ। ਨਹੀਂ ਹੈਗੀ ਤਾਂ ਦੱਸ ਦਿਓ ਜੀ, ਮੇਰੇ ਤੋਂ ਲੈ ਲਿਓ। ਚਲੋ ਮੈਂ ਤੁਹਾਡੇ ਤੋਂ ਕੱਲ੍ਹ ਲੈ ਲੂੰਗੀ। ਚਲੋ ਮੈਂ ਤੁਹਾਡੇ ਤੋਂ ਕੱਲ੍ਹ ਲੈ ਲੂੰਗਾ ਜੀ। ਚਲੋ ਫਿਰ ਤੁਸੀਂ ਨਾ ਉਹ ਬੁੱਕ 'ਚ ਦੇਖ ਲਿਓ, ਤੁਸੀਂ ਸਿਰਫ ਪ੍ਰੋਸੀਜਰ ਲਿਖਣੇ ਆ ਬਸ, ਬਾਕੀ ਮੈਂ ਕਰ ਦੂੰਗੀ। ਠੀਕ ਹੈ ਠੀਕ ਹੈ ਜੀ, ਹੋਰ ਠੀਕ ਠਾਕ ਹੋ? ਬਸ ਠੀਕ ਹੈ ਜੀ। ਅੱਛਾ ਅੱਛਾ, ਮੰਮੀ? ਮੰਮੀ ਬਸ ਗਏ ਹੋ ਜੀ ਬਾਹਰ। ਤੇ ਡੈਡੀ? ਡੈਡੀ ਵੀ ਬਾਹਰ ਗਏ ਹੋ। ਚੰਗਾ, ਬਾਏ ਬਾਏ ਬਾਏ। ਗਾਣਾ ਸੁਣਾਓਗੇ? ਹੋਰ ਵੀ ਸੁਣਾਓ ਸੁਣਾਓ, ਬਹੁਤ ਵਧੀਆ ਬਾਈ ਦੀ ਤਾੜੀ ਹੈ ਬਾਈ, ਮੁੰਡਾ ਵਧੀਆ।
ਰੁੱਖ ਸਮੇਂ ਦੀ ਆਵਾਜ਼ ਅੱਜ ਹੋਰ ਹੈ ਉਹ ਅਜੇ ਤੱਕ ਨੀ ਜ਼ਮੀਰਾਂ ਨੀ ਉਹ ਵਿਕੀਆਂ ਦਿਲੋਂ ਧੰਨਵਾਦੀ ਉਸ ਰੱਬ ਦੇ ਉਹ ਜਿਹਨੇ ਖੂਨ ਵਿੱਚ ਪਾਲਸ਼ਾਂ ਨੀ ਲਿਖੀਆਂ ਉਹ ਮਾਣ ਮਿਲਦੇ ਨਾ ਹੱਥ ਵੀ ਮਲਾਈਏ ਨਾ ਉਹ ਪਹਿਲੇ ਦਿਨ ਤੋਂ ਹੀ ਠੁੱਕ ਰੱਖੀ ਆ ਉਹ ਕਲਾ ਖਾਂਦੇ ਆ ਤੇ ਗੁਰੂ ਘਰੇ ਜਾਂਦੇ ਆ ਬਾਬੇ ਨਾਨਕ ਨੇ ਸੁੱਖ ਰੱਖੀ ਆ ਲੋਕਾਂ ਨੇ ਮਸ਼ੂਕ ਰੱਖੀ ਹੋਣੀ ਹੈ ਬਾਰਵੀਂ ਮਸ਼ੂਕ ਰੱਖੀ ਆ ਰਵਨੀਤ ਦਾ ਨਾਂ ਚੱਲਦਾ ਜਿਵੇਂ ਚੱਲਦੀ ਏ ਕੇ 47 ਆਹ ਕੌਣ ਹੈ ਜੀ ਤੁਸੀਂ ਦੱਸੋ ਯਾਰ ਆਹ ਤਾਂ ਰਵਨੀਤ ਆਹ ਕੌਣ ਨਾਲੇ ਬੋਦੇ ਬੁੱਦੇ ਨੀ ਗੋਤਾਂ ਲੈ ਕੇ ਆਵਾਂਗੇ ਹਾਂ ਨਾ ਨਾ ਇਹਨੂੰ ਇਹਨੂੰ ਗੁੱਤ ਕਰਾਓ ਇਹਨੂੰ ਨਾਲੇ ਗੁੱਤ ਕਰਾਓ ਨਾਲੇ ਇਹਦਾ ਸੂਟ ਪਵਾਓ ਇਹਦਾ ਤੁਸੀਂ ਕਿਉਂ ਇਹਦਾ ਸੂਟ ਪਵਾਓ ਇਹਦਾ ਆਹ ਕੀ ਪਵਾਤਾ ਪਰ ਅੱਛਾ ਬਾਈ ਮੇਰੇ ਵੀ ਨਿਕਲੀ ਵੈਸੇ ਯਾਰ ਕੱਪੜੇ ਤਾਂ ਪੂਰੇ ਪਾਓ ਯਾਰ ਛੋਟੇ ਹੁੰਦੇ ਦੀ ਫੋਟੋ ਆਏ ਛੋਟੇ ਹੁੰਦੇ ਨਹੀਂ ਮੈਂ ਲੱਤਾਂ ਨਿਕੋਲਣੀਆਂ ਆਪਣੀਆਂ ਉਹਦਾ ਆਪਾਂ ਠੇਕਾ ਨਹੀਂ ਲਿਆ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਜੀ ਅਤੇ ਤੁਹਾਡਾ ਕੀ ਨਾਮ ਹੈ ਜੀ ਰਵਿੰਦਰ ਕੌਰ ਆਪਾਂ ਕੁਛ ਸੁਣਾਉਣਾ ਚਾਹੁੰਦੇ ਹਾਂ ਫਰੈਂਡਸ ਦੇ ਨਾਲ ਹਾਂਜੀ ਚਰਖੇ ਕੁੜੀਆਂ ਨੇ ਰਵਨੀਤ ਕੁੱਟਣਾ ਅੱਜ ਕਿਹੜੀ ਕਾਲਜ ਵਿੱਚ ਖੜ ਕੇ ਕੁੜੀਆਂ ਨੇ ਰਵਨੀਤ ਕੁੱਟਣਾ ਅੱਜ ਕਿਹੜੀ ਕਾਲਜ ਵਿੱਚ ਖੜ ਕੇ ਸਾਡੇ ਘਰੇ ਸ਼ਰਾਬੀ ਆਇਆ ਰੱਜ ਕੇ ਸ਼ਰਾਬ ਪੀ ਕੇ ਅੱਜ ਰਵਨੀਤ ਕਿਹੜੀ ਆਇਆ ਠੋਕੋ ਇਹਦੇ ਟੀਕੇ ਅੱਜ ਰਵਨੀਤ ਕਿਹੜੀ ਆਇਆ ਠੋਕੋ ਇਹਦੇ ਟੀਕੇ ਮਰਦਾਨੀਆਂ ਨੀ ਪੇਕੇ ਦੋਵੇਂ ਪੈਣਾ ਨੱਚੀਆਂ ਸਹੁਰੇ ਨੱਚੀਆਂ ਦਰਾਣੀਆਂ ਜਠਾਣੀਆਂ ਨੀ ਪੇਕੇ ਦੋਵੇਂ ਪੈਣਾ ਨੱਚੀਆਂ ਸਹੁਰੇ ਨੱਚੀਆਂ ਦਰਾਣੀਆਂ ਜਠਾਣੀਆਂ ਰਵਨੀਤ ਦੇ ਲਾਗੇ ਗਰਮ ਪ੍ਰੈਸ ਸਭ ਕੋਈ ਰਵਨੀਤ ਦੇ ਲੱਗਾ ਉਹਨੇ ਟੀਕੇ ਲਾਏ ਉਹਨੇ ਪ੍ਰੈਸ ਲਾਤੀ ਚਲੋ ਬਹੁਤ ਬਹੁਤ ਮਾਨ ਸਨਮਾਨ ਹੋ ਰਿਹਾ ਜੀ ਆਪਣਾ ਤੇ ਬਹੁਤ ਰਿਸਪੈਕਟ ਮੈਨੂੰ ਦੇ ਰਹੇ ਨੇ ਆ ਜਾਓ ਰਵਨੀਤ ਦੇ ਲੱਗੇ ਗਰਮ ਪ੍ਰੈਸ ਅੱਛਾ ਉਹਦੀ ਪੈ ਗਿਆ ਸਾੜਾ ਪੈ ਗਿਆ ਜਿੰਨਾ ਤੁਸੀਂ ਬਦਨਾਮ ਕਰਤਾ ਲੋਕੋ ਰਵਨੀਤ ਇੰਨਾ ਹੀ ਮਾੜਾ ਚਲੋ ਜੀ ਕੁੜੀਆਂ ਦੇ ਇਸ ਗਿੱਧੇ ਦੇ ਮੇਰੇ ਰਿਸਪੈਕਟ ਤੋਂ ਬਾਅਦ ਹੁਣ ਵੇਲਾ ਹੋ ਚੁੱਕਿਆ ਜੀ ਥੋੜ੍ਹੇ ਜਿਹੇ ਬ੍ਰੇਕ ਦਾ ਕਿਤੇ ਨਾ ਜਾਇਓ ਮਿਲਦੇ ਆ ਜੀ ਇੱਕ ਛੋਟੇ ਜੇ ਚਲੋ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਕੈਮਰਾਮੈਨ ਸਾਹਿਬ ਮੇਰੀ ਵੀ ਸ਼ਕਲ ਦਿਖਾਓ ਜੀ ਹਾਂਜੀ ਸੋ ਕਿਹੜੀ ਕਾਲਜ ਆਫ ਨਰਸਿੰਗ ਜਿਹੜਾ ਕਿ ਮਾਲਪੁਰ ਦੇ ਵਿੱਚ ਪੈਂਦਾ ਪੂਰੀਆਂ ਰੌਣਕਾਂ ਲਾਈਆਂ ਜੀ ਅਤੇ ਇਹ ਅਮਨਦੀਪ ਨੇ ਜੀ ਮੇਰੇ ਨਾਲ ਖੜ੍ਹੇ ਅਤੇ ਇਹਨਾਂ ਦੀ ਉਮਰ ਹਜੇ ਬਹੁਤ ਛੋਟੀ ਹੈ 10th ਦੇ ਵਿੱਚੋਂ 10th ਦੇ ਵਿੱਚ ਅਤੇ ਅੱਜ ਇਹ ਹੁਣੇ ਹੀ ਬਣਾਇਆ ਹੁਣੇ ਹੀ ਜਦੋਂ ਮੈਂ ਆਇਆ ਅਤੇ ਬਣਾ ਦੇਖੋ ਕਿੰਨਾ ਸੋਹਣਾ ਚੋਟੀ ਦਾ ਸ਼ਕੀਨ ਗੱਭਰੂ ਦੇਖੋ ਕਿੰਨੀ ਸੋਹਣੀ ਫੋਟੋ ਥੈਂਕ ਯੂ ਸੋ ਮਚ ਜੀ ਬਾਲ ਬੂਲ ਦੇ ਉੱਤੇ ਪੂਰਾ ਉਹਨਾਂ ਨੇ ਮੈਂ ਲਾਇਆ ਜੀ ਘੜੀ ਘੁੜੀ ਬੰਨੀ ਹੈ ਨਾਲ ਟਿੱਚ ਬਟਨ ਵੀ ਲਾਇਆ ਸ਼ਰਟ 'ਤੇ ਹੁਣ ਲਓ ਜੀ ਗੱਲ ਕਰਦੇ ਹਾਂ ਅਸੀਂ ਇੱਥੋਂ ਦੇ ਪ੍ਰਿੰਸੀਪਲ ਮੈਮ ਦਾ ਅਤੇ ਥੈਂਕ ਯੂ ਜੀ ਬੇਟਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟਾ ਕੀ ਹਾਲ ਚਾਲ ਜੀ ਬਹੁਤ ਅੱਛਾ ਜੀ ਤੁਹਾਡਾ ਸ਼ੁਭ ਨਾਮ ਜੀ ਮਿਸਿਸ ਅਰੁਣਾ ਛਾਬੜਾ ਜੀ ਅਰੁਣਾ ਛਾਬੜਾ ਮੈਮ ਕੀ ਹਾਲ ਚਾਲ ਜੀ ਸਹੀ ਠੀਕ ਠਾਕ ਕਿੱਦਾਂ ਲੰਘ ਰਹੀ ਜੀ ਲਾਈਫ ਬੱਚਿਆਂ ਦੇ ਵਿੱਚ ਹਨਾ ਜੀ ਬੱਚਿਆਂ ਤੋਂ ਬੜੀ ਅੱਛੀ ਲਾਈਫ ਲੰਘ ਰਹੀ ਹੈ ਅੱਛਾ ਜੀ ਬੱਚਿਆਂ ਨੂੰ ਕੋਈ ਚੰਗੀਆਂ ਚੀਜ਼ਾਂ ਸਿਖਾਈ ਦੀਆਂ ਕੁਛ ਬੱਚਿਆਂ ਤੋਂ ਵੀ ਸਿੱਖੀ ਦੀਆਂ ਓਕੇ ਜੀ ਓਕੇ ਅੱਛਾ ਕਿਹੜੇ ਕਿਹੜੇ ਕੋਰਸਿਸ ਨੇ ਮੈਡਮ ਕਾਲਜ ਦੇ ਵਿੱਚ ਕਾਲਜ ਸਾਡੇ ਕੋਲ ਨਰਸਿੰਗ ਦੇ ਸਾਰੇ ਕੋਰਸਿਸ ਹੈਗੇ ਆ ਓਕੇ ਜੀ ਓਕੇ ਤੇ ਤੁਸੀਂ ਕਿੰਨੇ ਚਿਰ ਤੋਂ ਬਤੌਰ ਪ੍ਰਿੰਸੀਪਲ ਇੱਥੇ ਕੰਮ ਸੇਵਾ ਨਿਭਾ ਰਹੇ ਹੋ ਜੀ ਐਸ ਮਾਲਪੁਰ ਵਿੱਚ ਮੈਂ 4 ਸਾਲ ਤੋਂ ਸੇਵਾ ਨਿਭਾ ਰਹੀ ਹਾਂ ਐਸ ਪ੍ਰਿੰਸੀਪਲ 4 ਸਾਲ ਤੋਂ ਹਾਂਜੀ ਓਕੇ ਜੀ ਓਕੇ ਤੁਹਾਡੇ ਪਰਿਵਾਰ 'ਚ ਕੌਣ ਕੌਣ ਨੇ ਜੀ ਮੇਰੇ ਪਰਿਵਾਰ 'ਚ ਦੋ ਬੱਚੇ ਇੱਕ ਲੜਕਾ ਇੱਕ ਲੜਕੀ ਦੋਨੋਂ ਮੈਰਿਡ ਹੈ ਦੋਨੋਂ ਮੈਰਿਡ ਹੈ ਜੀ ਦੋਨੋਂ ਮੈਰਿਡ ਚਲੋ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਗਏ ਹੁਣ ਇੱਥੇ ਇਹਨਾਂ ਨੂੰ ਪੜਾਉਣ ਤੇ ਲੱਗੇ ਹੋ ਜੀ ਹਾਂਜੀ ਚਲੋ ਬਹੁਤ ਵਧੀਆ ਲੱਗਿਆ ਜੀ ਗੱਲ ਕਰਕੇ ਥੈਂਕ ਯੂ ਸੋ ਮਚ ਜੀ ਥੈਂਕ ਯੂ ਅਸ਼ੀਰਵਾਦ ਹੋ ਜੀ ਮਾੜਾ ਹਾਂਜੀ ਥੈਂਕ ਯੂ ਇੰਗਲਿਸ਼ ਆਇਆ ਅਸ਼ੀਰਵਾਦ ਅੱਜ ਥੈਂਕ ਯੂ ਸੋ ਮਚ ਜੀ ਮੈਡਮ ਖੜੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਹੈ ਤੁਹਾਡਾ ਜੀ ਹਰਨੀਤ ਤੁਸੀਂ ਕੀ ਪੜਾਉਂਦੇ ਹੋ ਜੀ ਮੈਡੀਕਲ ਸਰਜੀਕਲ ਮੈਡੀਕਲ ਸਰਜੀਕਲ ਹਾਂਜੀ ਅੱਛਾ ਜੀ ਅਤੇ ਕੁੜੀਆਂ ਬਹੁਤ ਵਧੀਆ ਤੁਹਾਨੂੰ ਲੱਗਦੀਆਂ ਐਜ਼ ਅ ਸਟੂਡੈਂਟ ਕਿ ਮੁੰਡੇ ਕੁੜੀਆਂ ਕਿਉਂ ਜੀ ਡਿਫਰੈਂਸ ਕੀ ਹੈ ਜੀ ਕੁੜੀਆਂ ਥੋੜੀਆਂ ਜੀ ਸਿੰਸੀਅਰ ਹੁੰਦੀਆਂ ਰਿਲੇਟਡ ਟੂ ਸਟੱਡੀਜ਼ ਰਿਲੇਟਡ ਟੂ ਸਟੱਡੀਜ਼ ਹਾਂਜੀ ਬਟ ਰਿਲੇਟਿਡ ਬਟ ਰਿਲੇਟਡ ਕੁੜੀਆਂ ਸਿੰਸੀਅਰ ਹੁੰਦੀਆਂ ਰਿਲੇਟਡ ਟੂ ਸਟੱਡੀਜ਼ ਹਾਂਜੀ ਪਰ ਮੁੰਡੇ ਸਿੰਸੀਅਰ ਹੁੰਦੇ ਨੇ ਰਿਲੇਟਡ ਟੂ ਰਿਸਪੋਨਸਿਬਿਲਟੀਜ਼ ਮੰਨਦੇ ਹੋ ਜ਼ਿੰਮੇਵਾਰੀਆਂ ਨਹੀਂ 50-50 ਇਹ ਤਾਂ ਆਪਣੇ ਸਾਡਾ ਕੋਈ ਨੰਬਰ ਹੀ ਨਹੀਂ ਨਹੀਂ ਜੇ ਹੁਣ ਕੁੜੀ ਨੂੰ ਕਿਹਾ ਜਾਏ ਵੀ ਸਿਲੰਡਰ ਭਰਾ ਕੇ ਲਿਆਓ ਇਹਨਾਂ ਨੂੰ ਤਾਂ ਨਹੀਂ ਇਹ ਤਾਂ ਬੋਂਦਲ ਜਾਣਗੀਆਂ ਕਰਦੇ ਆ
ਮੈਂ ਖੁਦ ਕਰਦੀ ਆ। ਤੁਸੀਂ ਕੀ? ਮੈਂ ਖੁਦ ਕਰਦੀ ਆ ਆਪਣੇ ਘਰ ਦੇ ਕੰਮ। ਜੇ ਮੈਂ ਮੋਟੀ ਆ ਤਾਂ ਮਤਲਬ ਇਹ ਨਹੀਂ ਹੈਗਾ। ਉਹ ਇਹਨੇ ਸਿਲੰਡਰ ਭਰਾਇਆ ਹੋਇਆ ਮਤਲਬ। ਠੀਕ ਹੈ ਠੀਕ ਹੈ ਨਾ, ਵਧੀਆ ਗੱਲ ਹੈ ਜੀ, ਵਧੀਆ ਗੱਲ ਹੈ। ਐਗਜ਼ਾਮਪਲ ਦੇਖੀ ਆ, ਮੁੰਡੇ ਕੈਮਰੇ ਤੋਂ ਫੇਸ ਕਰਨੇ ਤੋਂ ਡਰਦੇ ਪਏ ਸੀ, ਜਦਕਿ ਕੁੜੀਆਂ ਸਭ ਤੋਂ ਮੋਰੇ ਸੀਗੀਆਂ। ਮੁੰਡੇ ਕੈਮਰੇ ਦੇ ਮੂਹਰੇ ਇਸ ਕਰਕੇ ਫੇਸ ਕਰਨ ਤੋਂ ਡਰਦੇ ਸੀ ਕਿਉਂਕਿ ਉਹਨਾਂ ਨੇ ਤਾਂ ਜਿਹੜੇ ਨੋਰਮਲ ਕੱਪੜੇ ਪਾਏ ਹੁੰਦੇ ਨੇ ਉਹੀ ਪਾਏ ਸੀ, ਇਹਨਾਂ ਨੇ ਨਵੇਂ ਨਵੇਂ ਸੂਟ ਸਵਾਏ ਨੇ। ਇਹਨੇ ਤਾਂ ਘੱਟੀ ਸੌ ਰੁਪਇਆ ਲੱਗਿਆ, ਕਿਉਂ ਨਾ ਆਉਣ, ਇਹ ਤਾਂ ਭੱਜ ਭੱਜ ਕੇ ਆਉਣਗੀਆਂ। ਥੈਂਕ ਯੂ ਸੋ ਮਚ, ਥੈਂਕ ਯੂ। ਤੁਸੀਂ ਮੈਡਮ ਹੋ ਜੀ, ਤੁਹਾਨੂੰ ਧੱਕਾ ਪਿਆ ਅੱਗੇ ਆ ਗਿਆ। ਮੈਂ ਪੜ੍ਹਾਉਂਦੀ ਨਹੀਂ, ਮੈਂ ਰਿਸੈਪਸ਼ਨ ਤੇ ਕੰਮ ਕਰਦੀ ਹਾਂ। ਇੰਗਲੈਂਡ ਨਾ ਫੋਨ ਗੱਲਬਾਤ ਹੁੰਦੀ ਰਹਿੰਦੀ, ਫਿਰ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਮੈਂ ਵੀ ਐਡਮਿਸ਼ਨ ਲੈਣੀ ਹੈ, ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਕਿਹੜੀ ਕਾਲਜ ਆ ਨਰਸਿੰਗ ਦੇ ਵਿੱਚ ਐਡਮਿਸ਼ਨ ਲੈ, ਬਹੁਤ ਸੋਹਣੀਆਂ ਸੋਹਣੀਆਂ ਪੜ੍ਹਾਈਆਂ ਤੇ ਮੈਡਮ ਹੈ। ਫਿਰ ਮੈਂ ਇਸ ਕਰਕੇ ਪੜ੍ਹਾਈ ਕਰਨ ਆਇਆ ਜੀ ਮੈਡਮ ਜੀ। ਲਵ ਰਵਨੀਤ, ਗੋਡ ਬਲੈਸ ਯੂ। ਸੋਹਣਾ ਤੇ ਰਵਨੀਤ ਸਿਆ, ਤੂੰ ਖਾਸ ਕੋਈ ਨਾ, ਅੱਗੇ ਤਰੀਫ ਹੈ, ਗੱਲਾਂ ਮਿੱਠੀਆਂ ਦੀ ਪੱਟੀ ਹੋਈ ਗੱਲਾਂ ਮਿੱਠੀਆਂ। ਥੈਂਕ ਯੂ ਸੋ ਮਚ ਜੀ, ਲਵ ਯੂ ਟੂ ਜੀ, ਬਾਬਾ ਤੁਹਾਨੂੰ ਤਰੱਕੀ ਦੇਣ, ਗੋਡ ਬਲੈਸ ਯੂ ਜੀ, ਗੋਡ ਬਲੈਸ ਯੂ, ਧੰਨਵਾਦ ਜੀ, ਬਹੁਤ ਸਾਰਾ ਧੰਨਵਾਦ। ਸੋ ਨਾਈਸ ਟੂ ਹੈਵ ਯੂ ਹੇਅਰ ਰਵਨੀਤ ਜੀ। ਮੈਂ ਵੀ ਕਹਾਂ ਤਿੰਨ ਘੰਟੇ ਦੇ ਆਹੀ ਰੱਟੀਆਂ ਨਹੀਂ ਲੈਣੇ। ਸਹੀ ਕਿਹਾ, ਮੈਂ ਰੱਟਾ ਲਾਉਂਦੀ ਸੀ ਸਵੇਰ ਦਾ। ਹਾਂਜੀ ਹਾਂਜੀ ਹਾਂਜੀ, ਅਸੀਂ ਫੈਨ ਆ ਸਾਰੇ ਤੁਹਾਡੇ, ਤੁਹਾਡੇ ਕਰਕੇ ਚੱਲੀ ਜਾਂਦਾ ਰੋਟੀ ਪਾਣੀ, ਕੰਮ ਕਰ, ਨਹੀਂ ਤਾਂ ਲੱਲੂ ਕਰੇ ਕਵੱਲੀਆਂ, ਰੱਬ ਸਿੱਧੀਆਂ ਪਾਵੇ, ਉਹ ਹਾਲ ਹੈ। ਲੱਲੂ ਨਹੀਂ ਹੈ ਤੁਸੀਂ? ਹਾਂਜੀ ਲੱਲੂ ਨਹੀਂ ਹੈ ਤੁਸੀਂ? ਅੱਛਾ ਜੀ, ਸਮਾਰਟ ਹੋ ਕਾਫੀ। ਚਲੋ ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਹਾਂਜੀ, ਤੇ ਸਾਡੇ ਬੋਰਿੰਗ ਸਕੇਜੂਲ ਰੋਜ਼ ਦਾ ਪੜ੍ਹਾਈ ਦਾ ਅੱਜ ਚੇਂਜ ਆ ਗਈ ਆ, ਸਾਨੂੰ ਪਤਾ ਜ਼ਰੂਰੀ ਹੈ ਜੀ, ਬੋਰਿੰਗ ਪੜ੍ਹਾਈ ਜ਼ਰੂਰੀ ਹੈ, ਪਰ ਪੜ੍ਹਾਈ ਦੇ ਨਾਲ ਨਾਲ ਥੋੜਾ ਜਿਹਾ ਕਲਚਰਲ ਐਕਟੀਵਿਟੀ ਬਹੁਤ ਜ਼ਰੂਰੀ ਹੈ। ਹਾਂਜੀ ਹਾਂਜੀ, ਸਾਡੇ ਬੱਚਿਆਂ ਦੀ ਆਵਾਜ਼ ਨਹੀਂ ਨਿਕਲਦੀ ਕਲਾਸ 'ਚ, ਵਿਚਾਰੇ ਸਹਿਮੇ ਬੈਠੇ ਰਹਿੰਦੇ ਆ, ਸਾਨੂੰ ਪਤਾ ਲੱਗਿਆ ਬੋਲ ਲੈਂਦੇ ਆ ਵੀ, ਚੁੱਕ ਮਾਰ ਲੈਂਦੇ ਆ। ਹਾਂਜੀ ਠੀਕ ਹੈ ਠੀਕ ਹੈ। ਮੈਂ ਕਿਹਾ ਜੀ ਇਧਰ ਦਿਨ ਆਉਣਾ ਚਾਹੀਦਾ ਵੀ, ਹਨਾ, ਸਾਰੇ ਬੱਚੇ ਵੀ ਤਿਆਰ ਹੋ ਕੇ ਆਉਣ, ਮੈਡਮਾਂ ਵੀ, ਹਨਾ ਜੀ, ਪ੍ਰਿੰਸੀਪਲ ਮੈਮ ਵੀ ਵਧੀਆ ਸੋਹਣੀ ਸਾੜੀ ਪਾ ਕੇ ਆਉਣਾ ਅੱਜ। ਮੈਡਮ ਅੱਛਾ, ਬਹੁਤ ਸੋਹਣੇ ਲੱਗ ਰਹੇ ਨੇ। ਹਾਂਜੀ ਬਿਲਕੁਲ। ਵੈਸੇ ਨਾ ਮੈਡਮ ਇਹਨਾਂ ਨੇ ਤਿਆਰੀ ਕੀਤੀ ਹੋਊਗੀ ਮੈਡਮਾਂ ਨੇ ਵੀ, ਅਸੀਂ ਪ੍ਰਿੰਸੀਪਲ ਮੈਡਮ ਨੂੰ ਦੇ ਨਾਲੋਂ ਵੱਧ ਟੌਰ ਕੱਢਣੀ ਹੈ, ਪਰ ਹਾਰ ਗਈਆਂ ਮੈਡਮ ਦੀ ਲਾਲ ਮੁਕਾਬਲਾ, ਮੈਂ ਵਧੀਆ ਸਾੜੀ ਪਾ ਗਿਆ। ਸਹੀ ਗੱਲ ਹੈ, ਸੀਰੀਅਸਲੀ ਨਹੀਂ, ਮੈਮ ਦੀ ਪਰਸਨੈਲਿਟੀ ਨੂੰ ਨਹੀਂ ਕੋਈ ਚੈਲੰਜ ਕਰ ਸਕਦਾ। ਬਿਲਕੁਲ ਜੀ, ਬਿਲਕੁਲ ਬਿਲਕੁਲ। ਤੇ ਮੈਂ ਤੁਹਾਨੂੰ ਇੱਕ ਖਾਸ ਗੱਲ ਦੱਸਦਾ ਜੀ, ਪ੍ਰਿੰਸੀਪਲ ਮੈਡਮ ਦੀ ਮੈਂ ਆਪ ਓਬਜ਼ਰਵ ਕੀਤੀ ਜਦੋਂ ਅਸੀਂ, ਇਹਨਾਂ ਨੇ ਸਾਨੂੰ ਸਵੇਰੇ ਬ੍ਰੇਕਫਾਸਟ ਕਰਾਇਆ ਜੀ, ਬਹੁਤ ਸੋਹਣਾ, ਅਤੇ ਇਹਨਾਂ ਨੇ ਆਪ ਕੌਲੀਆਂ ਰੱਖੀਆਂ ਜੀ ਮੇਰੇ ਅੱਗੇ, ਅਤੇ ਨਾਲੇ ਸਾਡੇ, ਹੈ ਨਾ, ਜਿਹੜੀ ਸਾਡੀ ਟੀਮ ਸੀਗੀ, ਅਤੇ ਅਸੀਂ ਕਿਹਾ ਵੀ ਨਹੀਂ ਨਹੀਂ, ਕਹਿੰਦੇ ਵੀ ਮਾਵਾਂ ਵੀ ਆਪਣੇ ਪੁੱਤਾਂ ਨੂੰ ਖਵਾਉਂਦੀਆਂ ਹੁੰਦੀਆਂ, ਅਤੇ ਮੈਂ ਤੁਹਾਡੀਆਂ ਮਾਂ ਵਰਗੀ ਹਾਂ ਤੁਹਾਡੀ, ਅਤੇ ਮੈਨੂੰ ਇਹ ਗੱਲ ਬਹੁਤ ਵਧੀਆ ਲੱਗੀ। ਥੈਂਕ ਯੂ। ਬੋਲੀ ਪਾ ਦਿੰਦੀ ਇੱਕ। ਹਾਂਜੀ ਹਾਂਜੀ, ਬੋਲੀ ਆਉਂਦੀ ਨਹੀਂ ਕੁਛ। ਯਾਂ ਤਾਂ ਦਿਓਰਾ ਵਿਆਹ ਕਰਵਾ ਲੈ, ਯਾਂ ਤਾਂ ਦਿਓਰਾ ਵਿਆਹ ਕਰਵਾ ਲੈ, ਯਾਂ ਕਰਵਾ ਲੈ ਕੰਧਵੇ, ਮੈਂ ਬੁਰੇ ਖੂਨ ਦੀ ਨਬਜਾਂ ਕਰ ਦਊਂ ਬੰਦ ਵੇ, ਮੈਂ ਬੁਰੇ ਖੂਨ ਦੀ ਆਕੜ ਕੇ ਨਾ ਲੰਘਵੇ, ਮੈਂ ਬੁਰੇ ਖੂਨ ਦੀ। ਥੈਂਕ ਯੂ ਸੋ ਮਚ ਵਾਈਸ ਪ੍ਰਿੰਸੀਪਲ ਮੈਮ ਜੀ, ਹੈਪੀ ਬਰਥਡੇ ਬਿਲੇਟਡ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਜੀ, ਵਾਈਸ ਪ੍ਰਿੰਸੀਪਲ ਮੈਮ, ਥੈਂਕ ਯੂ ਸੋ ਮਚ ਪ੍ਰਿੰਸੀਪਲ ਮੈਮ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਵਧੀਆ। ਤੇ ਕਿੱਥੋਂ ਬਿਲੋਂਗ ਕਰ ਰਹੇ ਹੋ ਤੁਸੀਂ? ਜੈਤਪੁਰ ਪਿੰਡ। ਜੈਤਪੁਰ ਪਿੰਡ? ਹਾਂਜੀ। ਤੇ ਤੁਸੀਂ ਥੋੜਾ ਨਾਮ ਪੁੱਛ ਲਓ। ਨਾਮ? ਅੱਛਾ, ਨਾਮ ਦੱਸੋ ਜੀ। ਇਹ ਭਰਾ ਮੈਡਮ ਪੈਂਦੀ ਹੈ ਵਿਚਾਰੇ ਕੀ ਬੋਲਣ ਕਲਾਸ 'ਚ।
ਟੁੱਟ ਕੇ ਪੈ ਰਹੇ ਹੋ। ਨਾਮ ਪੁੱਛ। ਕੀ ਨਾਮ ਜੀ ਤੁਹਾਡਾ? ਅਮਨਦੀਪ। ਅਮਨਦੀਪ ਜੀ ਕੀ ਪੜਾਉਣੇ ਹੋ ਜੀ? ਗਾਣਾ ਕਾਲਜ। ਅੱਛਾ ਜੀ, ਸਮਝ ਲੱਗ ਗਈ। ਹਾਂਜੀ ਸੋਹਣੀ ਮੈਡਮ ਰੱਖੀ ਹੈ, ਵਧੀਆ ਸਬਜੈਕਟ ਹੋ। ਤੇ ਕੀ ਸ਼ੌਂਕ ਨੇ ਤੁਹਾਡੇ? ਲਿਸਨਿੰਗ ਸੌਂਗਸ। ਫਿਰ ਸਾਨੂੰ ਕੀ ਸੁਣਾਓਗੇ ਜੀ ਅੱਜ? ਟੱਪੇ ਸੁਣਾ ਦਾਂਗੇ। ਟੱਪੇ ਸੁਣਾ ਦਿਓ। ਹਾਂਜੀ ਚਲੋ ਟੱਪਾ ਸੁਣਾਓ ਨਾਲ ਮੈਮ ਆਓਗੇ। ਹਾਂਜੀ ਹਾਂਜੀ ਆਜੋ ਆਜੋ ਮੈਡਮ ਜੀ ਆਜੋ ਜੀ। ਬਾਗੇ ਪਿੱਛੇ ਆਇਆ ਕਰੋ ਜਦੋਂ ਅਸੀਂ ਸੌਂ ਜਾਈਏ, ਤੁਸੀਂ ਮੱਖੀਆਂ ਉਡਾਇਆ ਕਰੋ ਜਦੋਂ ਅਸੀਂ ਸੌਂ ਜਾਈਏ, ਤੁਸੀਂ ਮੱਖੀਆਂ ਉਡਾਇਆ ਕਰੋ। ਵੈਸੇ ਨਾ ਜੇ ਕੁੜੀਆਂ ਰੋਜ਼ ਨਾਉਣ ਜੀ ਫਿਰ ਮੱਖੀਆਂ ਬਹਿ ਨਹੀਂ ਨਾ, ਨਾ ਕਿਸੇ ਨੂੰ ਹਨਾ ਜਗਾਉਣਾ ਪਵੇ ਨਾ ਕਿਸੇ ਨੂੰ ਮੱਖੀਆਂ ਭਜਾਉਣੀਆਂ ਪੈਣ। ਅੱਜ ਦਿਨ ਖੁਸ਼ੀਆਂ ਦਾ ਨੱਚਣਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਠੀਕ ਠਾਕ ਜੀ? ਹਾਂਜੀ। ਚਲੋ ਹੁਣ ਤਾਂ ਠੀਕ ਠਾਕ ਹੀ ਹੈ ਜੀ। ਫਿਰ ਕਦੋਂ ਹੋਇਆ ਜੀ ਮੇਲ ਮਿਲਾਪ? 10 ਮੰਥਸ ਹੋ ਗਏ। 10 ਮਹੀਨੇ ਹੋ ਗਏ ਜੀ। ਹਾਂਜੀ। ਵਧੀਆ ਚੱਲ ਰਹੀ ਲਾਈਫ? ਹਾਂਜੀ। ਪਹਿਲਾਂ ਲਾਈਫ ਵਧੀਆ ਸੀ ਹੁਣ? ਹੁਣ। ਅੱਛਾ ਜੀ, ਕਿਉਂ ਹੁਣ ਤੁਹਾਡੇ ਭਾਜੀ ਹੋਰਾਂ ਦੀ ਪਹਿਲਾਂ ਵਧੀਆ ਸੀ, ਤੁਹਾਡੀ ਹੁਣ ਵਧੀਆ ਭਾਜੀ ਹੋਣੇ ਹਨਾ? ਨਹੀਂ, ਉਹ ਬਹੁਤ ਜ਼ਿਆਦਾ ਖੁਸ਼ ਆ। ਨਹੀਂ ਸੱਚ ਹੈ ਦੱਸੋ ਜੀ? ਗੀਤ ਕੋਈ ਪੁਰਾਣੀ ਗੱਲਬਾਤ ਕੋਈ ਵੀ ਸਾਡੇ ਨਾਲ ਸਾਂਝੀ ਕਰਨੀ ਹੋਵੇ ਜੀ? ਸਿਆਣੇ ਹੋ ਜੀ, ਅੱਜ ਦੇ ਬੱਚੇ ਨਸ਼ੇ ਨੂੰ ਬਹੁਤ ਹਾਂਜੀ ਇਹ ਤਾਂ ਹੈ ਜੀ ਕਵਰ ਕਰ ਰਹੇ ਨੇ। ਇਸ ਤੋਂ ਆਪਾਂ ਨੂੰ ਇਹਦੇ ਨਾਲ ਯਾਨੀ ਕਿ ਆਪਣੀ ਜ਼ਿੰਦਗੀ ਦਾ ਬਰਬਾਦ ਕਰਨੀ ਕਰਨੀ ਹੈਗੀ ਆ, ਆਪਣੇ ਪੇਰੈਂਟਸ ਦਾ, ਆਪਣੇ ਏਰੀਏ ਦਾ, ਆਪਣੇ ਸੰਸਥਾਵਾਂ ਦਾ ਨਾਮ ਬਦਨਾਮ ਕਰਨ, ਇਹੀ ਕਹਾਂਗੇ ਕਿ ਨਸ਼ੇ ਤੋਂ ਪਰਹੇਜ਼ ਕਰੋ। ਬਿਲਕੁਲ ਜੀ, ਬਿਲਕੁਲ ਬਿਲਕੁਲ, ਤਾਂ ਕਿ ਜ਼ਿੰਦਗੀ ਜਿਹੜੀ ਹੈਗੀ ਆਪਣੀ ਸੁਪਰੇਟ ਹੋ ਸਕੇ। ਥੈਂਕ ਯੂ ਸੋ ਮਚ ਜੀ, ਬਹੁਤ ਵਧੀਆ ਲੱਗੇ ਮੈਸੇਜ, ਨਾਲ ਐਂਟਰਟੇਨ, ਨਾਲ ਮੈਸੇਜ। ਸੋ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕਮਾਉਣੀਆਂ, ਨਸ਼ਿਆਂ ਤੋਂ ਦੂਰ ਰਹੋ, ਆਪਾਂ ਅਸੀਂ ਪੰਜਾਬ ਨੂੰ ਵੀ ਸੇਵ ਕਰਨਾ ਜੀ, ਹੈ ਨਾ ਮੁਲਕ ਨੂੰ। ਸਤਿ ਸ਼੍ਰੀ ਅਕਾਲ ਜੀ। ਅੱਜ ਮੀਡੀ ਬਹੁਤ ਸਪੈਸ਼ਲ ਸੀ ਨਾ, ਫਿਰ ਤੁਸੀਂ ਆਉਣਾ ਸੀ ਤਾਂ। ਅੱਛਾ ਅੱਛਾ, ਚਲੋ ਠੀਕ ਹੈ ਠੀਕ ਹੈ ਜੀ। ਨਾਲੇ ਇਹ ਵੀ ਨਾਲ ਤਾਂ ਅਸੀਂ ਆਉਣਾ ਸੀ, ਸਪੈਸ਼ਲ ਹੋ ਗਿਆ, ਨਾਲੇ ਇਹ ਵੀ ਜੂਆਂ ਜਾਂ ਨੂੰ ਰਾਹ ਦੇਖ ਜਾਂਦਾ ਵੀ ਕਿੱਧਰ ਦੀ ਜਾਣਾ ਕਿਉਂ ਜੀ। ਹਾਂਜੀ ਹਨਾ, ਸਿੱਧੀ ਬਾਰ ਪਤਾ ਨਹੀਂ ਲੱਗਦਾ। ਹਾਂਜੀ ਤੁਸੀਂ ਕੀ ਬਣਾਉਂਦੇ ਹੋ ਜੀ? ਸੂਟ ਸੋਹਣਾ ਤੁਹਾਡਾ। ਓਕੇ ਥੈਂਕ ਯੂ। ਜੁੱਤੀ ਵੀ ਠੀਕ ਹੈ। ਓਕੇ ਥੈਂਕ ਯੂ। ਹਾਂਜੀ ਹਾਂਜੀ ਹਾਂਜੀ। ਸਾਈਕੈਟ੍ਰਿਕ। ਸਾਈਕੈਟ੍ਰਿਕ ਮੇਰੇ ਘਰ ਦੇ ਐਡਮਿਸ਼ਨ ਕਰਾਤੀ ਇੱਥੇ, ਠੀਕ ਹੈ ਜੀ। ਬਹੁਤ ਕਹਿੰਦੇ ਵੀ ਮੇਰੇ ਘਰ ਦੇ ਤੁਹਾਨੂੰ ਕਹੇਗੇ ਵੀ ਇਹ ਜਵਾਕ ਸਾਡੇ ਹੱਥ ਨਹੀਂ ਆ ਰਿਹਾ, ਜਿੱਦੀ ਬਹੁਤ ਹੈ, ਅਤੇ ਅਸੀਂ ਤਾਂ ਪੜ੍ਹਨ ਦੇ ਪਾਏ ਵੀ ਇਹਨੂੰ ਸੁਧਾਰਨਾ ਜੀ। ਓਕੇ ਰਵਨੀਤ, ਫੇਸ ਅਪ ਕਰੋ। ਹਾਲੋ ਕੀ ਪੜ੍ਹਾਇਆ ਮੈਂ ਕਲਾਸ 'ਚ ਦੱਸੋ। ਮੈਂ ਜੀ ਐਂਟਰੀ ਕੀਤਾ ਸੀਗਾ। ਓਕੇ ਜੋ ਮੈਂ ਪਿਛਲੇ ਦਿਨ ਪੜ੍ਹਾਇਆ ਸੀਗਾ ਲਾਸਟ ਡੇ, ਉਹ ਕੀ ਪੜ੍ਹਾਇਆ ਸੀਗਾ ਉਹ ਦੱਸੋ, ਯਾਦ ਹੈ ਕੁਛ ਕਿ ਨਹੀਂ? ਹਾਂਜੀ ਦੱਸੋ। ਫਿਰ ਕਿਹਾ ਸੀਗਾ ਵੀ ਪੇਰੈਂਟਸ ਦੀ ਸੇਵਾ ਕਰਨੀ ਹੈ ਜੀ। ਪੇਰੈਂਟਸ ਦੀ ਸੇਵਾ ਨਹੀਂ, ਮੈਂ ਕਲਾਸ 'ਚ ਕੀ ਪੜ੍ਹਾਇਆ ਸੀ? ਸ਼ਰਾਰਤਾਂ ਵੱਲ ਧਿਆਨ ਨਹੀਂ ਦੇਣਾ, ਭਾਵੇਂ ਸ਼ਰਾਰਤਾਂ ਤੁਹਾਡੇ ਵੱਲ ਧਿਆਨ ਦੇਈ ਜਾਣ, ਪਰ ਮੈਡਮ ਜੀ ਤੁਹਾਡੇ ਕਾਲਜ ਦੇ ਵਿੱਚ ਸ਼ਰਾਰਤਾਂ ਹੀ ਇੰਨੀਆਂ ਨੇ, ਸਾਰੀਆਂ ਮੇਰੇ ਵੱਲ ਧਿਆਨ ਦੇਈ ਜਾਂਦੀਆਂ ਨੇ, ਪਰ ਮੈਂ ਨਾ ਦੋ ਨਾ ਫਿਰ ਮੈਂ ਨਹੀਂ ਜਮਾਂ ਨਹੀਂ ਸ਼ਰਾਰਤ ਵੱਲ ਧਿਆਨ ਦਿੰਦਾ ਜੀ, ਕਿਉਂਕਿ ਮੈਂ ਇਹਨਾਂ ਨੂੰ ਕਿਹਾ ਹੋਇਆ ਜੀ ਤੁਸੀਂ ਸ਼ਰਾਰ ਮੇਰੇ ਵੱਲ ਧਿਆਨ ਨਹੀਂ ਦੇਣਾ, ਕਿਉਂਕਿ ਮੈਡਮ ਮੇਰਾ ਧਿਆਨ ਰੱਖਦੇ ਨੇ। ਹੌਲੀ ਹੌਲੀ ਉਹ ਰਾਤ ਵਾਲੀਬਾਲ ਖੇਡੀ ਦੀ ਅੰਕਲ ਹਜੇ ਤੱਕ ਸੁੱਜੀ ਪਈ ਹੈ, ਸਰ ਨੇ ਆ ਕੇ ਵੇਖ ਕਿਵੇਂ ਆਇਆ ਮੈਂ ਕਹਿੰਦੀ। ਹੌਲੀ ਹੋਰ ਸੁਣਾਓ ਜੀ। ਬਸ ਵਧੀਆ ਸਰ, ਤੁਸੀਂ ਸੁਣਾਓ। ਬਸ ਠੀਕ ਹੈ ਜੀ। ਕੀ ਨਾਮ ਜੀ ਤੁਹਾਡਾ? ਮੇਰਾ ਤੁਸ਼ਾਂਤ ਕਿਰਪਾਲ ਸਰ। ਤੁਸ਼ਾਂਤ ਕਿਰਪਾਲ, ਠੀਕ ਹੈ ਠੀਕ ਹੈ। ਤੁਸੀਂ ਕੀ ਪੜ੍ਹਾਉਂਦੇ ਹੋ ਜੀ? ਮੈਂ ਆਈਟੀ ਹੈਡ ਹਾਂ ਸਰ। ਬੱਲੇ ਬੱਲੇ ਹੈਡ ਤਾਂ ਬਣੋਗੇ ਜੀ। ਹਾਂਜੀ ਤੇ ਸ਼ੌਂਕ ਜੀ ਤੁਹਾਡੇ? ਸ਼ੌਂਕ ਮੇਰਾ ਸੌਫਟਵੇਅਰਿੰਗ ਸਰ। ਅੱਛਾ ਜੀ, ਡਿਵੈਲਪ ਕਰਨਾ। ਅੱਛਾ ਜੀ, ਸੌਫਟਵੇਅਰ ਡਿਵੈਲਪ ਕਰਦੇ ਜੀ। ਓਕੇ ਓਕੇ, ਤੇ ਅੱਜ ਸਾਨੂੰ ਕੀ ਸੁਣਾਓਗੇ ਗਾਣਾ? ਅੱਜ ਸਰ ਵੈਸੇ ਜੇ ਮੈਂ ਗਾਣਾ ਸੁਣਾਇਆ ਸਾਰੇ ਦੌੜ ਜਾਣੇ, ਪਰ ਮੈਂ ਤੁਹਾਡੇ ਲਈ ਕੋਸ਼ਿਸ਼ ਜ਼ਰੂਰ ਕਰੂੰਗਾ ਸਰ। ਹਾਂਜੀ 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 ਮੈਂ ਤੇਰੇ ਲਈ ਦੁਨੀਆ ਕੋ ਛੋੜਾ, ਤੇਰੇ ਲਈ ਦੂਰ ਆਪਣੇ ਕਰੇ, ਮੈਂ ਤੁਝ ਕੋ ਕਿਤਨਾ ਚਾਹਤਾ ਹੂੰ ਯੇ ਤੂੰ ਕਭੀ ਸੋਚ ਨਾ ਸਕੇ। ਇਹ ਕਿਸੇ ਕੁੜੀ ਲਈ ਹੈ ਕਿ ਸਬਜ਼ੀ ਲਈ ਹੈ ਜੀ? ਦਰਵਾਜ਼ੇ ਵੀ ਹੈਗੇ? ਦਰਵਾਜ਼ੇ ਤਾਂ ਨੀ ਲੰਘਦੇ, ਗੇਟ ਹੀ
ਨਹੀਂ ਆਪਣੇ ਲਈ ਸਪੈਸ਼ਲ ਰੱਖਿਆ ਹੋਇਆ ਸਪੈਸ਼ਲ ਹੈ ਨਾ ਸੌਫਟਵੇਅਰ ਡਿਵੈਲਪਰ ਦਾ ਕੁਝ ਤਾਂ ਕਰਾਂਗੇ ਬਿਲਕੁਲ 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 ਇਹ ਉਹ ਹੈ ਵੀ ਜਿਹੜੇ ਕਾਰਪੈਂਟਰ ਨੂੰ ਸਾਈਜ਼ ਦਿੰਦੇ ਆ ਵੀ ਆ ਨਾਪ ਵੇਚ ਨਾਪ ਵੇਚ ਵੀ ਇੰਨਾ ਕਰਨਾ ਤਾਂ ਠੀਕ ਹੈ ਜੀ ਓਕੇ ਸਰ ਸਰ ਮੇਰੀ ਸਿਸਟਰ ਆਈ ਸੀ ਉਹ ਬੜੀ ਫੈਨ ਆ ਤੁਹਾਡੀ ਨੈਂਸੀ ਉਹ ਪਿਆਰ ਨਾਲ ਬੁਲਾਈ ਜਾਂਦਾ ਯਾਰ ਨੈਂਸੀ ਹਾਂ ਨੈਂਸੀ ਅਗਲੀ ਵੀ ਡਰ ਨਹੀਂ ਹੋਗੀ ਸਤਿ ਸ਼੍ਰੀ ਅਕਾਲ ਜੀ ਰੀਅਲ ਬ੍ਰਦਰ ਸਿਸਟਰ ਰੀਅਲ ਸਿਸਟਰ ਮੇਰੇ ਅੱਛਾ ਜੀ ਤੇ ਹੋਰ ਸੁਣਾਓ ਜੀ ਬਸ ਵਧੀਆ ਤੁਸੀਂ ਸੁਣਾਓ ਕਿੰਨਾ ਕੁ ਖੜ ਜਾਓ ਹਾਂਜੀ 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 ਕਿੰਨਾ ਕੁ ਮੇਰਾ ਆਟਾ ਲੱਗ ਜਾਂਦਾ ਜੀ ਇੱਧਰ ਬਹੁਤ 10 ਰੋਟੀਆਂ ਦਾ ਉੱਤੇ ਹੀ 10 ਰੋਟੀਆਂ ਦਾ 10 ਰੋਟੀ ਤੋਂ ਬਾਅਦ ਤਾਂ ਸ਼ੁਰੂ ਹੁੰਦਾ ਹਨਾ ਵੀ ਚਲੋ ਇੱਕ ਦੋ ਰੋਟੀਆਂ ਚਾਰ ਜੇ ਆਪਣੇ ਸ਼ੁਰੂ ਹੁੰਦਾ ਕੰਮ ਚਲੋ ਬਹੁਤ ਵਧੀਆ ਜੀ ਇਹ ਹੈ ਜੀ ਇੱਦਾਂ ਦਾ ਭਰਾ ਹੋਵੇ ਜੀ ਮਾਣ ਹੋਣਾ ਚਾਹੀਦਾ ਹਨਾ ਜੀ ਭੈਣ ਨੂੰ ਕੋਈ ਛੇੜਦਾ ਨਹੀਂ ਨਾ ਜਮਾ ਹੀ ਨਹੀਂ ਐਂ ਕਰਿਆ ਕਰ ਤੁਸੀਂ ਛੇੜ ਕੇ ਦਿਖਾਓ ਐਂ ਖੜ ਜਾ ਕੋਈ ਮੂਹਰੇ ਹਨਾ ਬਹੁਤ ਵਧੀਆ ਜੀ ਅਤੇ ਇਹਨਾਂ ਨੇ ਸੱਦਿਆ ਜੀ ਸਾਨੂੰ ਵਧੀਆ ਲੱਗਿਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਹੈ ਤੁਹਾਡਾ ਨੀਤੂ ਨੀਤੂ ਜੀ ਤੁਸੀਂ ਕੀ ਪੜ੍ਹਾਉਂਦੇ ਹੋ ਜੀ ਮਿਊਜ਼ਿਕ ਅੱਛਾ ਮਿਊਜ਼ਿਕ ਵਾਲੇ ਤਾਂ ਹੀ ਬੱਚਿਆਂ ਨੇ ਫਰਮਾਇਸ਼ ਕੀਤੀ ਜੀ ਸੁਣਾਓ ਜੀ ਕੁਛ ਨਾ ਥੋੜ੍ਹਾ ਤੋਂ ਸੁਣਾਂਗੇ ਜੀ ਹੋ ਨਾ ਹੋਏ ਪਿਆਰ ਤੇਰੇ ਦਾ ਅਸਰ ਹੈ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ ਅੱਖੀਆਂ ਦੇ ਵਿੱਚ ਘੁੰਮਦਾ ਸੋਹਣਾ ਚਿਹਰਾ ਵੇ ਦਿਲ ਮੇਰਾ ਜੋ ਚੈਨ ਜ਼ਰਾ ਵੀ ਪਾਵੇ ਨਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਸੋਹਣੀ ਆਵਾਜ਼ ਸੀ ਬਾਬਾ ਜੀ ਤਰੱਕੀ ਕਰੋ ਆ ਜਾਓ ਜੀ ਆ ਜਾਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਤੁਹਾਡੇ ਕਿਨਾਂ ਜੀ ਨਰਿੰਦਰ ਕੁਮਾਰ ਨਰਿੰਦਰ ਜੀ ਕਿੱਥੋਂ ਬਿਲੋਂਗ ਕਰਦੇ ਹੋ ਜੀ ਬਾੜੀਆਂ ਗੱਲਾਂ ਬਾੜੀਆਂ ਗੱਲਾਂ ਤੋਂ ਤੁਸੀਂ ਸਰ ਕਿਹੜੀ ਜ਼ਿੰਮੇਵਾਰੀ ਨਿਭਾ ਰਹੇ ਹੋ ਜੀ ਰਿਸਪੋਂਸਿਬਿਲਿਟੀ ਟੀਚਰ ਆਫ ਫਿਜ਼ਿਕਸ ਓਕੇ ਫਿਜ਼ਿਕਸ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਇਹ ਸਬਜੈਕਟ ਵੀ ਔਖਾ ਹੈ ਜੀ ਹਾਂਜੀ ਕਾਫੀ ਬਹੁਤ ਜ਼ਿਆਦਾ ਔਖਾ ਜੀ ਹਾਂਜੀ 11ਵੀਂ ਤੋਂ ਬਾਅਦ ਮੈਨੇ ਪੜ੍ਹਨ ਦਿੱਤਾ ਮੈਨੂੰ ਹਾਂਜੀ ਫੇਲ ਕਰਤਾ ਸੀ ਅੱਛਾ ਜੀ ਨਹੀਂ ਇੱਕ ਟਰਾਈ ਕਰ ਲੈਣੀ ਸੀ ਇੱਕ ਵਾਰ ਤੁਸੀਂ ਨਾ ਫਿਰ ਮੈਂ ਡਰ ਗਿਆ ਜੀ ਬਹੁਤ ਡਰ ਗਿਆ ਫਿਰ ਕੀ ਕੀਤਾ ਫਿਰ ਜੀ ਆਰਟਸ ਆ ਗਏ ਚਲੋ ਠੀਕ ਹੈ ਵਧੀਆ ਗੱਲ ਹੈ ਜੀ ਹਾਂਜੀ 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 ਤੇ ਪਾਉਣਾ ਸੀਗਾ ਟਾਈਮ ਟੱਪ ਗਿਆ ਜੀ ਮਤਲਬ ਵਧੀਆ ਗੱਲ ਹੈ ਜੀ ਤੇ ਹੁਣ ਭੰਗੜਾ ਕਰ ਲੈਂਦੇ ਥੋੜਾ ਜਿਹਾ ਪਾਉਣੇ ਜੀ ਪਾਉਣੇ ਸਾਜੀ ਭੰਗੜਾ ਆਇਓ ਸਾਰੀ ਤਿੰਨੇ ਪਾਉਣੇ ਜੀ ਚਲੋ ਜੀ ਭੰਗੜਾ ਪਾਇਆ ਅਸੀਂ ਫਿਜ਼ਿਕਸ ਤੇ ਹਿਸਟਰੀ ਵਾਲੇ ਸਰ ਦੇ ਨਾਲ ਸਾਨੂੰ ਚੜ੍ਹ ਗਿਆ ਜੀ ਸਾਹ ਤੇ ਰਵਨੀਤ ਵੱਲੋਂ ਬਾਏ ਬਾਏ ਜੀ ਥੈਂਕਸ ਫੋਰ ਵਾਚਿੰਗ ਕੰਟੀਨਿਊ ਮੰਡੀਰ ਔਰ MH1 ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਅਗਲੇ ਸ਼ੋਅਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ ਥੈਂਕ ਯੂ ਸੋ ਮੱਚ